ਹਾਂਜੀ ਹਾਂ ਹੋ ਗਿਆ ਜੀ ਮੈਚ ਸ਼ੁਰੂ ਲੈ ਵੀ ਪ੍ਰਿੰਸ ਫਾਈਨਲ ਮੈਚ ਹਾਂਜੀ ਫਾਈਨਲ ਮੈਚ ਦੀ ਸ਼ੁਰੂਆਤ ਹੋ ਗਈ ਹੈ ਨਾਲ ਹੀ ਕਲੱਬ ਵਾਲੇ ਵੀਰ ਕਹਿ ਰਹੇ ਵੀ ਆਉਂਦੇ ਸਾਲ ਜਦੋਂ ਮੇਲਾ ਹੋਇਆ ਹੈ ਤੇ ਰੱਸਾ ਕੱਸੀ ਦੇ ਔਰ ਖੇਡ ਵਾਲੀਬਾਲ ਦੇ ਹੈ ਜਿਹੜੇ ਪ੍ਰਾਈ ਵੀਰ ਸਾਡੇ ਕਹਿੰਦੇ ਵੀ ਵਧਾ ਕੇ ਆਪਾਂ ਮੇਲਾ ਕਰਵਾਵਾਂਗੇ ਔਰ ਭਰਾ ਸਾਡੇ ਕਹਿੰਦੇ ਵੀ ਆਈਆਂ ਹੋਈਆਂ ਟੀਮਾਂ ਦਾ ਰਾਮ ਰਾਮ ਜੀ ਰਾਮ ਰਾਮ ਭਾਈ ਰਾਮ ਰਾਮ ਸਾਹਮਣੇ ਮੈਂ ਤੱਕ ਰਿਹਾ ਪਹਿਲਾਂ ਜੀ ਕੀ ਯਾਰ ਹੈ ਬਾਈ ਕੀ ਯਾਰ ਸਰ ਦੀ ਟੀਮ ਦੇ ਖਾਤੇ ਵਿੱਚ ਜਾਂ ਜੁੜ ਗਿਆ ਜਿਹੜੇ ਸੰਗਰੂਰ ਤੇ ਬਰਨਾਲੇ ਦਾ ਮੈਚ ਮਿੱਤਰੋ ਵੀ ਫਸ ਗਈਆਂ ਕੁੰਡੀਆਂ ਤੇ ਬਾਹਰ ਬੈਠੇ ਲੋਕਾਂ ਵਿੱਚ ਗੱਲਾਂ ਹੁੰਦੀਆਂ ਔਰ ਕਿ ਟੀਮਾਂ ਦੇ ਦੋਨੋਂ ਚੰਗੀਆਂ ਕੌਣ ਮਾਰੂ ਸ਼ਾਟਾਂ ਦੇ ਕੌਣ ਕਰੂਗਾ ਡਿਫੈਂਸ ਹੁਣ ਡਿੱਗ ਡਿੱਗ ਕੇ ਪਰ ਜਿਹਦੇ ਗੁੱਟਾਂ ਦੇ ਵਿੱਚ ਜ਼ੋਰ ਮਿੱਤਰੋ ਉਹਨੇ ਜਾਣਾ ਜਿੱਤ ਗਏ ਔਰ ਜਿਹਦੇ ਗੁੱਟਾਂ ਦੇ ਵਿੱਚ ਜ਼ੋਰ ਮਿੱਤਰੋ ਵੀ ਉਹਨੇ ਜਾਣਾ ਜਿੱਤ ਗਏ ਬਹਾਦਰਗੜ੍ਹ ਦਾ ਰਵੀ ਹੈ ਨਾਲ ਰਾਏਸਰ ਦਾ ਜੱਸਾ ਖੜਾ ਇੱਕ ਪਾਸੇ ਜੱਸੀ ਹੈ ਬੰਟੀ ਵਰਗੇ ਤਿੰਨ ਵਰਗੇ ਮੁੰਡੇ ਖੇਡਦੇ ਆ ਔਰ ਦੂਜੇ ਪਾਸੇ ਮੇਰੇ ਮਿੱਤਰੋ ਪਿਛਲੇ ਮੈਚ ਦਾ ਹੀਰੋ ਰਿਹਾ ਚੁੱਪਰ ਨੰਦਗੜ੍ਹ ਦਾ ਬਿੱਕੀ ਨਿੱਟ ਦੇ ਔਰ ਦੂਜੇ ਪਾਸੇ ਕਹਿੰਦੇ ਧੱਤੂ ਸੈਂਟਰ ਦੇ ਵਿੱਚ ਨਾਗਰੇ ਵਾਲਾ ਪਿਰਥੀ ਦੁਨੀਆ ਜਾਦੂਗਰ ਕਹਿੰਦੀ ਹੈ ਤੇ ਜੱਸਾ ਲੋਕੀ ਗੱਲਾਂ ਕਰਦੇ ਨੰਦਗੜ੍ਹ ਯਾਰ ਵੀ ਗਲਤੀ ਮੁਕਾਬਲਾ ਚੋਟੀ ਦਾ ਵੀ ਮੱਝ ਰਿੰਗ ਦੀ ਹੁੰਦੀ ਤੇ ਗਾਂ ਰੰਬ ਦੀ ਹੁੰਦੀ ਹੈ ਔਰ ਘੋੜੀ ਥੱਕਦੀ ਨੀ ਹੁੰਦੀ ਹੈ ਬਈ ਘੋੜੀ ਹੰਭ ਦੀ ਹੁੰਦੀ ਹੈ ਤੇ ਬਲਦ ਤੋੜਦੇ ਨੀ ਹੁੰਦੇ ਆ ਬਲਦ ਹੱਕ ਦੇ ਹੁੰਦੇ ਆ ਕੁੱਤੇ ਪੀਂਦੇ ਨਹੀਂ ਉਹ ਹੁੰਦੇ ਆ ਬਈ ਕੁੱਤੇ ਲੱਕ ਦੇ ਹੁੰਦੇ ਆ ਬਾਤ ਬੋਲੀ ਨੀ ਉਹ ਜਾਂਦੀ ਹੈ ਬਾਤ ਪਾਈ ਜਾਂਦੀ ਹੈ ਖੀਰ ਪੀਤੀ ਵੀ ਜਾਂਦੀ ਹੈ ਤੇ ਨਾਲੇ ਖਾਈ ਜਾਂਦੀ ਹੈ ਮਾਂਜੇ ਸਵਾਹ ਨਾ ਤੇ ਧੋਤੇ ਪਾਣੀ ਨਾ ਜਾਂਦੇ ਆ ਰੋਡ ਸ਼ਹਿਰ ਨੂੰ ਜਾਂਦੇ ਤੇ ਪਹੇ ਔਰ ਢਾਣੀ ਨੂੰ ਜਾਂਦੇ ਆ ਦਾਣਾ ਹੋਰ ਹੁੰਦਾ ਤੇ ਲੇਡੀ ਹੋਰ ਹੁੰਦੀ ਆ ਸੰਦੂਕ ਹੋਰ ਹੁੰਦਾ ਬਾਈ ਤੇ ਪੇਟੀ ਹੋਰ ਹੁੰਦੀ ਆ ਔਰ ਬਾਬੇ ਮਰਦੇ ਨੀ ਹੁੰਦੇ ਬਾਬੇ ਪੂਰੇ ਹੁੰਦੇ ਆ ਤੇ ਤੁਹਾਡੇ ਪੰਚ ਹੋਣਗੇ ਬਈ ਸਾਡੇ ਤੇ ਹੂਰੇ ਹੁੰਦੇ ਆ ਮੰਡਾਸਾ ਮਾਰਿਆ ਜਾਂਦਾ ਤੇ ਪੱਗ ਬੰਨੀ ਜਾਂਦੀ ਆ ਆਕੜ ਟੁੱਟਦੀ ਨੀ ਹੁੰਦੀ ਆ ਆਕੜ ਤੇ ਭੰਨੀ ਜਾਂਦੀ ਆ ਆਕੜ ਟੁੱਟਦੀ ਨੀ ਹੁੰਦੀ ਆ ਬਈ ਆਕੜ ਤੇ ਭੰਨੀ ਜਾਂਦੀ ਆ ਪਾਣੀ ਜਲ ਵੀ ਹੁੰਦਾ ਔਰ ਨੀਰ ਵੀ ਹੁੰਦਾ ਤੇ ਨਾਲੇ ਚਲੂਆ ਹੁੰਦਾ ਬਈ ਤੁਹਾਡੇ ਸਪਾਈਡਰਮੈਨ ਹੋਊਗਾ ਸਾਡੇ ਤੇ ਹਰੀ ਸਿੰਘ ਨਲੂਆ ਹੁੰਦਾ ਤੁਹਾਡੇ ਸਪਾਈਡਰਮੈਨ ਹੋਊਗਾ ਬਈ ਸਾਡੇ ਤੇ ਹਰੀ ਸਿੰਘ ਨਲੂਆ ਹੁੰਦਾ ਜਿੰਨਾ ਜਿੰਨਾਂ ਨੂੰ ਹਰੀ ਸਿੰਘ ਨਲੂਆ ਜੀ ਦਾ ਇਤਿਹਾਸ ਮਾੜਾ ਮੋਟਾ ਵੀ ਪਤਾ ਇੱਕ ਵਾਰੀ ਤਾੜੀ ਮਾਰ ਦੋ ਮੈਂ ਬੇਨਤੀ ਕਰਦਾ ਔਰ ਗੱਲਾਂ ਕਿੰਨੇ ਵੱਡੀਆਂ ਬਹਾਦਰਗੜ੍ਹ ਦਾ ਰਵੀ ਅਗਲੀ ਸਰਵਿਸ ਕਰ ਗਿਆ ਪੰਡਤਾ ਪੁਆਇੰਟ ਦੱਸੀ ਮੈਂ 28 ਨੂੰ ਵੀਰੇ ਜਟਾਣੇ ਦਿਖਾਵਾਂਗੇ ਤੁਹਾਨੂੰ ਇੱਕ ਵਾਰ ਉਹਨਾਂ ਮੇਲਾ ਜਟਾਣੇ ਜਟਾਣਾ ਕਲਾਂ ਮਾਨਸਾ ਨੀਅਰ ਸਕੋਰ ਦੱਸਦਿਆਂ ਵੀਰੇ ਸਕੋਰ ਵੀ ਹੈਲੋ ਲੈ ਵੀ ਆਓ ਜੀ ਮੈਚ ਚੋਟੀ ਦਾ ਖੇਡਿਆ ਜਾ ਰਿਹਾ ਹੈ ਲੈ ਵੀ ਰਾਏਸਰ ਵਾਲਾ ਤੇਰੀ ਦੁਨੀਆ ਦੀਵਾਨੀ ਨਾ ਪਿੰਡਾਂ ਦੇ ਵੱਲ ਹੈ ਇਹ ਪ੍ਰਿੰਸ ਜਾਣਕਾਰੀ ਜੀ ਵਾਧਾ ਕਰਕੇ ਗਿਆ ਵੀ ਰਾਏਸਰ ਵਾਲੇ ਜੱਸੇ ਦੀ ਹੈ ਉਹ ਦੁਨੀਆ ਦੀਵਾਨੀ ਹੈ ਖੇਡ ਦੇ ਮੈਦਾਨ ਦੇ ਵਿੱਚ ਭੁਲੇਖਾ ਪਾ ਕੇ ਬਾਲ ਛੱਡ ਗਿਆ ਜੀ ਰਵੀ ਖੇੜੀ ਆ ਵੀਰੇ 13 ਤਰੀਕ ਦਾ ਖੇੜੀ ਹਾਂਜੀ ਹਾਂਜੀ ਬਾਈ ਫਾਈਨਲ ਮੈਚ ਹੈ ਸ਼ੇਅਰ ਕਰ ਦੋ ਬਾਈ ਫਾਈਨਲ ਮੈਚ ਦਾ ਸ਼ੇਅਰ ਕਰਿਓ ਵੀਰੇ ਟੀਮ ਦੇ ਖਾਤੇ ਵਿੱਚ ਹੈ 6 ਨੰਬਰ ਰਾਏਸਰ ਔਰ ਇਧਰਲੇ ਪਾਸੇ ਹਲੇ ਖਾਤਾ ਜਿਹੜਾ ਨਹੀਂ ਖੁੱਲਿਆ ਨੰਬਰ 7ਵਾਂ ਜੋੜਨ ਦੇ ਲਈ ਮੁੰਡੇ ਜਿਹੜੇ ਤਿਆਰ ਬਰ ਤਿਆਰ ਨੇ ਕੌਣ ਜੋੜੂਗਾ 7ਵਾਂ ਪੁਆਇੰਟ ਤੇ ਜਾਂ ਹੁੰਦੀ ਆ ਸਰਵ ਚੇਂਜ ਇਹ ਤੇ ਸਮੇਂ ਦੇ ਫੈਸਲੇ ਆ ਔਰ ਜਿਹੜੇ ਕਹਿੰਦੇ ਚੋਟੀ ਦਾ ਔਰ ਖੇਡ ਦੇ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਰਾਏਸਰ ਵਾਲਿਆ ਦੁਨੀਆ ਦੀਵਾਨੀ ਹੈ ਔਰ ਜੋੜ ਨੰਬਰ ਆਪਣੀ ਟੀਮ ਦੇ ਲਈ ਨੰਦ ਕਰੀਆ ਪੱਲੇ ਪੱਲੇ ਬਾਈ ਤਾੜੀ ਤੋੜੀ ਨਾ ਮਾਰ ਦੋ ਯਾਰ ਦੋਨੋਂ ਟੀਮਾਂ ਦੇ ਲਈ ਔਰ ਦੁਨੀਆ ਦੇ ਵੱਡਿਆ ਸਟਾਰਾਂ ਦੀ ਕਹਿੰਦੇ ਵੱਡੀ ਟੱਕਰਾ ਹੈ ਖੇਡ ਦੇ ਮੈਦਾਨ ਵਿੱਚ ਖਿੱਚਦੀ ਲਕੀਰ ਤੇ ਹੁਣ ਪਤਾ ਲੱਗੂ ਬਈ ਕਿਹਦਾ ਤਗੜਾ ਸਰੀਰ ਇੱਧਰ ਰਵੀ ਕਹਿੰਦਾ ਦੱਸਿਆ ਲਾਵੇ ਪਾਲਾ ਜਿੱਤ ਨਹੀਂ ਦੇਣੇ ਹੋਰ ਹੋਏ ਹੋਏ ਜੋਰ ਮਿੱਤਰੋ ਲੈ ਵੀ ਆਓ ਜਲਦੀ ਦੇ ਨਾਲ ਮੇਰੇ ਵੀਰ
ਸ਼ੁਕਰੀਆ ਜੀ। ਬਹੁਤ ਚੋਟੀ ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਔਰ ਸਾਰੇ ਦਸ਼ਮੇਸ਼ ਕਲੱਬ ਨੂੰ ਗੱਡੀਆਂ ਮੁਬਾਰਕਾਂ ਅੱਜ ਦੇ ਦਿਨ ਦੀਆਂ। ਧੰਨਵਾਦ ਕੀਤਾ ਜਾਂਦਾ ਹੈ। ਆਓ ਜੀ, ਕਿੰਨੇ ਕਿੰਨੇ ਹੋ ਗਏ ਵੀਰੇ? ਠੀਕ ਹੈ ਜੀ, ਕੱਲੇ ਕੱਲੇ ਪੁਆਇੰਟ ਦੇ ਵੀਰ ਸਾਡੇ ਕਹਿੰਦੇ ਵੀ ਆਪਾਂ ਹੁਣ ਵੱਡੀਆਂ ਸਕੀਮਾਂ ਲਾਵਾਂਗੇ। ਬੈਸਟ ਲਈ ਮੇਰੇ ਖਿਆਲ 2100 ਜਾਂ 3100 ਕੁਛ ਇਦਾਂ ਦਾ ਵੀਰੇ। ਕਿੰਨੇ ਆ ਪੰਡਤ? ਲਾ ਵੀ 6 ਨੰਬਰ ਆ ਰਾਏਸਰ ਦੀ ਟੀਮ ਦੇ ਔਰ ਇਧਰਲੇ ਪਾਸੇ ਵਾਲੇ ਖਾਤਾ ਨਹੀਂ ਖੋਲਿਆ। ਨੰਦਗੜ੍ਹ ਦੀ ਟੀਮ ਇੱਕ ਵਧੀਆ ਟੀਮ ਹੈ ਔਰ ਸਾਹਮਣੇ ਮੈਂ ਤੱਕ ਰਿਹਾ ਵੀ 6 ਤੋਂ 7 ਕੌਣ ਕਰੇਗਾ। ਰਾਏਸਰ ਦਾ ਜੱਸੀ ਮੁੰਡਾ ਗਰੇਵਾਲ ਪਰਿਵਾਰ ਦਾ ਔਰ ਪਰ ਰਾਏਸਰ ਵਾਲਿਆ ਇੱਕ ਅੱਧੀ ਜੇ ਤਗੜੀ ਜੀ ਕੀ ਬਾਲ ਲਾ ਕੇ ਦਿਖਾਵੇ ਔਰ ਤੈਨੂੰ ਤਾਂ ਮੰਨੀਏ ਦੁਨੀਆਂ ਤੇਰੀ ਦਿਵਾਨੀ ਆ, ਤੂੰ ਵੀ ਖੱਬੀ ਖਾਣ ਖਵਾਉਣਾ ਆਪਣੇ ਆਪ ਨੂੰ। ਪਰ ਜੇ ਉਹ ਕੋਈ ਨਾ ਕੋਈ ਬਾਲ ਮਾਰ ਕੇ ਨੰਬਰ ਜੋੜੇ ਤੇ ਮੇਰਾ ਵੀਰ ਬਣ ਕੇ। ਹਾਂਜੀ ਢਿੱਲੋਂ ਬਾਈ ਬੋਲ ਕੇ ਦੱਸੋ ਮੇਰਾ ਵੀਰ ਇੱਧਰ। ਠੀਕ ਹੈ ਜੀ, ਜੇ ਹਰਮਨ ਸਿੰਗਲ ਐਂਡ ਸਮੈਸ਼ ਮਾਰਦਾ ਤੇ 2100 ਆ ਵੀਰੇ। ਲੱਭਾ ਲੂਜ਼ ਕਰ ਗਿਆ ਜੀ ਵੀਰੇ ਮੈਚ। ਲੈ ਜੀ, ਦਸ਼ਮੇਸ਼ ਕਲੱਬ ਵਾਲੇ ਮੁੰਡੇ ਕਹਿੰਦੇ ਵੀ ਆਪਾਂ ਹਰਮਨ ਦਾ ਸਨਮਾਨ ਜਿਹੜਾ 500 ਦੀ ਨਗਦ ਰਾਸ਼ੀ ਨਾਲ ਕਰਾਂਗੇ। ਜੇ ਹਰਮਨ ਸਮੈਸ਼ ਮਾਰ ਕੇ ਨੰਬਰ ਜੋੜੇ ਤੇ ਰੁਪਈਆ ਜਿਹੜਾ 500 ਦਿੱਤਾ ਜਾਵੇਗਾ। ਵੀ ਨੋਟਾਂ ਤੋਂ ਮਹਿੰਗੀ ਚੀਜ਼ ਜਿਹੜੀ ਹੈ ਉਹ ਜਿੰਦ ਜਾਨ ਤੇਰੇ ਤੋਂ ਵਾਰਾਂਗੇ। ਨੋਟਾਂ ਤੋਂ ਮਹਿੰਗੀ ਚੀਜ਼ ਜਿਹੜੀ ਹੈ ਜਿੰਦ ਜਾਨ ਤੇਰੇ ਤੋਂ ਵਾਰਾਂਗੇ। ਲਓ ਨੰਦਗੜ੍ਹ ਦੇ ਕਹਿੰਦੇ ਧੱਤੂ ਨੇ ਸਰਵਿਸ ਕਰ ਦਿੱਤੀ ਹੈ। 1 ਸਾਲ ਮੇਰੇ ਮਿੱਤਰੋ ਅਲਕੜਿਆਂ ਦੇ ਖੇ ਟੂਰਨਾਮੈਂਟ ਦਾ ਆਹ ਮੁੰਡਾ ਕੂਲਰ ਦਾ ਜੇਤੂ ਰਿਹਾ। ਉਹ ਗੱਲਾਂ ਕਹਿੰਦੇ ਲੱਗਣਗੀਆਂ ਟਿਕਾਣੇ, ਪਰ ਜੇ ਅੱਜ ਮੈਚ ਜਿੱਤ ਗਿਆ ਨਾ ਨੰਦਗੜ੍ਹ ਵਾਲਿਆ ਤੇ ਗੱਲਾਂ ਜਿਹੜੀਆਂ ਦੂਰ ਦੁਰਾਡੇ ਹੋ ਜਾਣਗੀਆਂ ਵੀ ਕੋਈ ਗੱਲਬਾਤ ਪੱਟੀ ਹੋਊਗੀ। ਨੁਕਸਾਨ ਦਿੰਦੀ ਹੈ ਗਰੁੱਪ ਸਾਡੇ ਦਾ ਤੇ ਫਿਰ ਪੁਲਿਸ ਵੀ ਟਾਲ ਦਿੰਦੀ ਹੈ ਸਾਡੇ ਪਾਣੀ ਵਾਲੇ ਬਾਬਾ ਦੀ। ਪਾਣੀ ਵਾਲੇ ਬਾਬਾ ਜੀ ਮੇਰੇ ਖਿਆਲ ਦੋ 6 ਹੋ ਗਏ। ਲੈ ਵੀ 2 ਤੇ 6, 2 ਨੰਬਰ ਨੰਦਗੜ੍ਹ ਔਰ 6 ਨੰਬਰ ਜਿਹੜੇ ਮੈਂ ਦੇਖ ਰਿਹਾ ਵੀ ਰਾਏਸਰ ਦੀ ਟੀਮ ਦੇ ਆ। ਹਾਲੇ ਤੇ ਸ਼ੁਰੂਆਤ ਹੋਈ ਹੈ, 4 ਪੁਆਇੰਟਾਂ ਦਾ ਵੱਡਾ ਫਰਕ ਹੈ ਔਰ ਦੇਖਾਂਗੇ ਫਰਕ ਹੁਣ ਵੱਧਦਾ ਤੇ ਜਾਂ ਫਿਰ ਘਟਦਾ ਹੈ। ਜੇ ਹਰਮਨ ਸਮੈਸ਼ ਮਾਰੇ ਤੇ ਰੁਪਈਆ ਜਿਹੜਾ ਮੇਰੇ ਮਿੱਤਰ 500 ਦਿੱਤਾ ਜਾਵੇਗਾ। ਕਲੱਬ ਵਾਲੇ ਮੁੰਡੇ ਹੋ ਰਾਏਸਰ ਵਾਲਾ ਟਰਾਈ ਕਰਦਾ ਪਰ ਨੰਬਰ ਇਧਰਲੇ ਪਾਸੇ ਤੋਂ ਹੋ ਰਾਏਸਰ ਦੀ ਟੀਮ ਦੇ ਖਾਤੇ ਵਿੱਚ ਮੇਰੇ ਮਿੱਤਰੋ ਜਿਹੜਾ ਜਾਂ ਜੁੜ ਗਿਆ ਵੀ ਮੁੱਲ ਪੈਣ ਸਰੀਰਾਂ ਦੇ ਤੇ ਜਿਹੜੇ ਲਾਉਂਦੇ ਮਿਹਨਤਾਂ ਉੱਠ ਕੇ ਲੈ ਜਾਣ ਭਰਿਆ ਮੇਲਾ ਲੁੱਟ ਕੇ ਇਹ ਅਡੀਅਲ ਘੋੜੇ ਨੇ ਉਹ ਕਰ ਹੀ ਜਾਂਦੇ ਨੇ ਮਨਮਾਨੀ। ਰਾਜੇ ਖੇਲੇ ਹੱਟ ਪਾਸੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਹੈ। ਰਾਜੇ ਖੇਲੇ ਹੱਟ ਪਾਸੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਉਹ ਕਹਿੰਦੇ ਜਵਾਨੀ ਦੀ ਮੌਜ ਬਹਾਰ ਉਹ ਕਹਿੰਦੇ ਮੁੰਡੇ ਭਿੜ ਰਹੇ ਆ ਖੇਡ ਦੇ ਮੈਦਾਨ ਚ ਧੱਤੂ ਨੰਦਗੜ੍ਹੀਆ ਟਰਾਈ ਕਰਦਾ ਹੈ ਵੀ ਦਿਲਾ ਖੇਡ ਇਸ਼ਕ ਦੀ ਬਾਜੀ ਹੈ ਕਦੇ ਹਰ ਕੇ ਪੈ ਦੀ ਨਾ। ਖਿਡਾਰੀ ਜਿੱਤ ਵੀ ਜਾਂਦੇ ਨੇ ਤੇ ਖਿਡਾਰੀ ਹਰ ਵੀ ਜਾਂਦੇ ਨੇ। ਇੱਕ 14 ਤਰੀਕ ਦਾ 14 ਅਕਤੂਬਰ ਦਾ ਔਡਾ ਟੂਰਨਾਮੈਂਟ ਇੱਕ ਵਾਰ ਹੁੰਦਾ ਉਹ ਬੋਲ ਦੀ ਬਾਈ। ਓਕੇ ਓਕੇ ਜੋਤ। ਹੈਲੋ, ਨਾਲ ਹੀ 14 ਤਰੀਕ ਆ ਭਰਾ ਸਾਡੇ ਦੀਪ ਹੋਣੀ ਅਮਰ ਕੁੰਡਰ ਹੋਣੀ ਆ ਨੰਦਗੜ੍ਹੀਏ ਮੁੰਡੇ ਨੇ ਨੈਟ ਤੋਂ ਸਮੈਸ਼ ਮਾਰੀ। ਨੋਟਾਂ ਦਾ ਕਹਿੰਦੇ ਮੀਂਹ ਵਰਜੂਗਾ ਬਹਾਦਰਗੜ੍ਹ ਵਾਲਾ ਤੇ ਐ ਕਰਦਾ ਹਰਮਨ ਹੁਣ ਤੈਨੂੰ ਤਗੜਾ ਹੋਣਾ ਪਊਗਾ। ਉਹ ਸਵਾਲ ਫੇਰਾ ਕਹਿ ਧੱਤੂ ਨੂੰ ਵੀ ਇੱਕ ਅੱਧੀ ਬਾਲ ਦੇ ਰਾਏਸਰ ਦੇ ਜੱਸੀ ਤੇ ਲਾਵੇ ਤੇ ਗੱਲਾਂ ਜਿਹੜੀਆਂ ਫੇਰ ਹੋਣਗੀਆਂ ਵੱਖ ਵੱਖ ਪੇਜਾਂ ਦੇ ਜ਼ਰੀਏ। ਦੁਨੀਆਂ ਕਹਿੰਦੇ ਲਾਈਵ ਜੁੜੀ ਬੈਠੀ ਆ, ਰਿਕਾਰਡ ਕਈ ਬਣ ਗਏ ਕਈ ਟੁੱਟ ਜਾਣੇ। ਬੱਲੇ 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 ਹਾਏ ਮੇਰਾ ਰੱਬਾ ਨਹੀਂ ਉਹ ਰੀਸਾਂ ਦੇ ਰਹੀਆਂ। ਇਧਰਲੇ ਪਾਸੇ ਇੱਕ ਨੈਟਮੈਨ ਕਹਿੰਦੇ ਨੁਕਰੇ ਬਸ਼ੇਰੇ ਨਾਲ ਜੇਤੂ ਹੈ, ਇੱਕ ਨੇ ਪਿਛਲੇ ਮੈਚ ਦੇ ਵਿੱਚ ਕਹਿੰਦੇ ਧਨ ਧਨ ਕਰਵਾਈ ਹੈ। ਉਹ ਨੈਟਮੈਨ ਵੀ ਦੋਨੋਂ ਟੀਮਾਂ ਦੇ ਕਦੇ ਤਗੜੇ ਹੈ ਸ਼ੇਰੂ ਨਹੀਂ ਆਏ। ਉਹ ਕੌਣ ਕਰਵਾਉਂਦਾ ਧਨ ਧਨ ਅੱਜ ਦੇ ਵੱਡੇ ਕੱਪ ਦੇ? ਰਾਏਸਰ ਵਾਲੇ ਮੁੰਡੇ ਕਰਕੇ ਗਲਤੀ ਹੈ ਔਰ ਸਫਲਤਾ ਜਿਹੜੀ
ਨੰਦਗੜ੍ਹ ਦੀ ਟੀਮ ਦੇ ਖਾਤੇ ਵਿੱਚ ਜਿਹੜੀ ਜਾਂ ਜੁੜ ਗਈ ਹੈ। ਸੱਤੇ ਦੇ ਹੈਗੇ ਵਧੀਆ ਲੱਗਿਆ ਵੀਰੇ ਮੈਚ, ਬਾਰਾਂ ਬਾਰਾਂ ਤੇਰਾਂ ਪੁਆਇੰਟ ਸੀਗੇ ਸਤਾਰਾਂ ਦੇ ਪਾੜੇ 'ਚ। ਓਕੇ ਓਕੇ ਸਲਮਾਨ ਖਾਨ ਵੀਰੇ, ਕਮੈਂਟਰੀ ਦੇ ਦਿਲਸ਼ਾਦ ਬੂਟਾ ਅਤੇ ਲੰਬੜਦਾਰ ਜੀ ਸ਼ੇਅਰ ਕਰਿਓ ਬਾਈ, ਸਾਰੇ ਭਰਾ ਕੇ ਸ਼ੇਅਰ ਕਰਿਓ। ਹੈਲੋ, ਲੈ ਵੀ ਆਓ ਵੀਰੇ, ਕੋਈ ਚੱਕਰ ਨਹੀਂ ਸੋਹਣੇ ਵੀਰ, ਸਾਡੇ ਵੀਰ ਨੇ ਬਾਈ ਕਾਲਾ ਟਵਾਣਾ, ਨੋਨਾ ਬਾਈ ਦੀਪਾ, ਨਾਲ ਭਰਾ ਸਾਡਾ ਰਾਣਾ, ਨਾਲ ਲਾਡੀ ਆ ਭਰਾ ਸਾਡਾ ਬਲਦੇਵ ਸਰਪੰਚ ਜੀ ਸੁੱਖ ਪ੍ਰਧਾਨ, ਨਾਲ ਬਾਈ ਧਿਆਨ ਬਾਈ ਮੋਨੂ ਔਰ ਕੁਲਵਿੰਦਰ ਬਾਈ ਬੱਬੀ ਦੇ ਡਾਕਟਰ ਬੱਲੀ, ਇਹ ਭਰਾ ਕਹਿ ਰਿਹਾ ਵੀਰੇ ਦੋਨਾਂ ਨੈਟਮੈਨਾਂ ਦੇ ਵਿੱਚ ਜਿਹੜਾ ਮਰਜ਼ੀ ਨੈਟਮੈਨ ਪਹਿਲਾਂ ਸਮੈਸ਼ ਮਾਰ ਦੇਵੇ ਪਰ ਸਮੈਸ਼ ਦਾ ਪਤਾ ਲੱਗਣਾ ਚਾਹੀਦਾ। ਵੀਰ ਸਾਡੇ ਕਹਿੰਦੇ ਆ ਵੀ ਨਹੀਂ ਵੀਰੇ ਨਹੀਂ, 5100 ਦੇਵਾਂਗੇ, ਇੱਕ ਤਾੜੀ ਮਾਰ ਦੋ ਜ਼ੋਰਦਾਰ ਵੀਰ ਬਣ ਕੇ, ਜਿਹੜਾ ਖਿਡਾਰੀ ਪਹਿਲਾਂ ਸਮੈਸ਼ ਮਾਰ ਗਿਆ ਤੇ ਰੁਪਈਆ ਕਹਿੰਦੇ 5100 ਸਾਡੇ ਵੀਰ ਕਾਲਾ ਟਵਾਣਾ ਬਾਈ ਦੀਪਾ ਨਾਲ ਬਲਦੇਵ ਸਰਪੰਚ ਜੀ ਸੁੱਖ ਪ੍ਰਧਾਨ ਜੀ ਬਾਈ ਧਿਆਨ ਬਾਈ ਮੋਨੂ ਕੁਲਵਿੰਦਰ ਬਾਈ ਬੱਬੀ ਤੇ ਡਾਕਟਰ ਬੱਲੀ ਹੋਣੀ ਕਹਿੰਦੇ ਆ ਵੀ ਜਿਹੜਾ ਵੀ ਨੈਟਮੈਨ ਪਹਿਲਾਂ ਸਮੈਸ਼ ਮਾਰ ਗਿਆ ਪਰ ਸਮੈਸ਼ ਕੋਈ ਪੋਲੀ ਜੀ ਨਹੀਂ, ਪਤਾ ਲੱਗਣਾ ਚਾਹੀਦਾ ਧਰਤੀ ਦੀ ਹਿੱਕ ਤੇ ਟੱਪਾ ਪਵੇ ਜਾਂ ਕਿਸੇ ਖਿਡਾਰੀ ਦੇ ਗੁੱਟਾ ਤੇ ਲੱਗੇ ਰੁਪਈਆ 5100 ਪ੍ਰਧਾਨ ਜੀ ਸਵਾਲ ਆਉਂਦਾ ਮਾਮਾ। ਬਿਲਕੁਲ ਜੀ ਬਿਲਕੁਲ, ਠੀਕ ਹੈ ਜੀ, ਹਾਂਜੀ ਹਾਂਜੀ ਹੈਗਾ ਵੀਰੇ, ਇੱਕ ਪਿਆਲ ਹੈਗਾ 100% ਆ ਵੀਰੇ। ਦਿਲਸ਼ਾਦ ਉੱਡਾ ਦਾ ਤੇ ਸਿਕੰਦਰਪੁਰੇ ਦਾ ਟੂਰਨਾਮੈਂਟ ਬੋਲੀ ਵੀਰੇ, ਗੱਲ ਖਰਾਬ ਹੋ ਕਿੰਨੇ ਪੁਆਇੰਟ ਹੋ ਗਏ ਜੀ? 10-3 ਸਕੋਰ ਆ ਜੀ। ਹਾਂਜੀ ਹਾਂਜੀ ਕੈਸ਼ ਦੇ ਦਿਆ ਬਾਈ, ਗਰਾਊਂਡ ਮੇ ਸਾਥ ਮੇ ਹੀ ਸਾਥ ਮੇ ਦੇ ਦਿਆ, 1,00,000 ਰੁਪਏ ਕੈਸ਼ ਦਿਆ ਹੈ। ਲੈ ਜੀ ਕਿੰਨੇ ਕਿੰਨੇ ਪੁਆਇੰਟ ਆ? ਪੁਆਇੰਟ ਤਾਂ 9-11-10 ਇੱਧਰ ਤੇ ਉੱਧਰਲੇ ਪਾਸੇ ਕਪਿਆਲ ਦੀ। ਹਾਂ ਵੀਰੇ ਦੱਸਦਾ ਇੱਕ ਮਿੰਟ ਜੀ। ਲੈ ਵੀ 10 ਨੰਬਰ ਆ ਵੀਰੇ ਰਾਏਸਰ ਦੀ ਟੀਮ ਦੇ ਔਰ 3 ਪੁਆਇੰਟ ਜਿਹੜੇ ਮੈਂ ਦੇਖਣਾ ਵੀ ਨੰਦਗੜ੍ਹ ਦੀ ਟੀਮ ਦੇ ਨੇ, 7 ਪੁਆਇੰਟ ਦਾ ਫਰਕ ਆ। ਫਾਈਨਲ ਹੈ ਭਾਦਸੋਂ ਦੀ ਧਰਤੀ ਦੇ ਔਰ ਸਾਡੇ ਭਰਾਵਾਂ ਨੇ ਜਿਹੜਾ ਅੱਜ ਮੇਰੇ ਮਿੱਤਰ ਦਿਲ ਖੋਲ ਕੇ ਰੁਪਈਆ ਲਾਇਆ ਹੈ ਔਰ ਅਗਲਾ ਨੰਬਰ ਜੋੜਨ ਦੇ ਲਈ ਬਹਾਦਰਗੜ੍ਹ ਦਾ ਕਹਿੰਦੇ ਰਵੀ ਤਿਆਰ ਬਰ ਤਿਆਰ ਹੈ। ਦੋਨੋਂ ਨੈਟਮੈਨਾਂ ਤੇ ਕਹਿੰਦੇ ਸਕੀਮਾਂ ਵੱਡੀਆਂ ਲੱਗੀਆਂ ਹੋਈਆਂ ਨੇ ਬਾਈ ਆ ਸਾਡਾ ਕਾਲਾ ਟਵਾਣਾ ਬਾਈ ਨੋਨਾ 15 ਤਰੀਕ ਦਾ ਵੀਰੇ ਇੱਕ ਪਿਆਲ 15 ਦਾ ਬਾਈ ਲਾਡੀ ਹੈ ਬਲਦੇਵ ਸਰਪੰਚ ਹੋਣੀ ਬੈਠੇ ਆ ਨਾਲ ਸੁੱਖ ਪ੍ਰਧਾਨ ਬਾਈ ਧਿਆਨ ਬਾਈ ਮੋਨੂ ਔਰ ਕੁਲਵਿੰਦਰ ਹੋਣੀ ਬੱਬੀ ਬਾਈ ਹੈ ਤੇ ਡਾਕਟਰ ਬੱਲੀ ਹੈ। ਇਹਨਾਂ ਭਰਾਵਾਂ ਦੇ ਵੱਲੋਂ ਜਿਹੜਾ ਵੀ ਨੈਟਮੈਨ ਪਹਿਲਾਂ ਸਮੈਸ਼ ਮਾਰ ਗਿਆ ਤੇ ਭਾਦਸੋਂ ਦੇ ਫਾਈਨਲ ਦੇ ਵਿੱਚ ਮੇਰੇ ਮਿੱਤਰੋ ਰੁਪਈਆ ਕਹਿੰਦੇ 5100 ਦਿੱਤਾ ਜਾਊਗਾ। ਉਹ ਗੱਲਾਂ ਕਦੇ ਲੱਗ ਜਾਣ ਜੀ ਟਿਕਾਣੇ 14 ਠੀਕ ਹੈ ਜੀ। ਵਾਹ ਬਈ ਵਾਹ ਬਾਈ, ਸਾਡੇ ਕਹਿ ਰਹੇ ਵੀ ਜੇਕਰ 5100 ਸਮੈਸ਼ ਗੜੀ ਨਹੀਂ ਲੱਗਦੀ ਤੇ ਜਿਹੜਾ 5100 ਰੁਪਈਆ ਵੀਰੇ ਉਹ ਦੋਨੋਂ ਟੀਮਾਂ ਨੂੰ ਵੀਰੇ ਅੱਧਾ ਅੱਧਾ ਦੇ ਦਿੱਤਾ ਜਾਊਗਾ। ਇੱਕ ਤਾੜੀ ਮਾਰ ਦੋ ਯਾਰ ਜ਼ੋਰਦਾਰ ਵੀਰਾਂ ਦੇ ਲਈ। ਵੀਰ ਕਹਿੰਦੇ ਆ ਵੀ ਆਪਾਂ ਇਕੱਲਾ ਬੁਲਾਉਣ ਦੇ ਲਈ ਅਨਾਊਂਸ ਨਹੀਂ ਕੀਤਾ ਵੀ 5100 ਰੁਪਈਆ ਦੇਣਾ ਹੀ ਦੇਣਾ ਖਿਡਾਰੀਆਂ ਨੂੰ। ਆਹ ਗੁੱਜਰਾਂ ਵਾਲੇ ਕਹਿੰਦੇ ਮੇਰੇ ਮਿੱਤਰੋ ਜੱਸੀ ਵਰਗੇ ਵੀ ਛੇਤੀ ਹੋਣੀ ਹੈ, ਦਿਲੋਂ ਮੈਂ ਧੰਨਵਾਦ ਕਰਾਂਗਾ ਅਗਲੀ ਸਰਵਿਸ ਕਰਨ ਦੇ ਲਈ। ਨੰਦਗੜ੍ਹ ਦਾ ਕਹਿੰਦੇ ਜੱਸਾ ਮੇਰੇ ਮਿੱਤਰੋ ਤਿਆਰ ਬਰ ਤਿਆਰ ਹੈ ਵੀ ਭਾਵੇਂ ਲੀਕਾਂ ਖਿੱਚਦੀਆਂ ਸਿਕੰਦਰ ਨੇ ਤੇ ਆ ਤਕੜਾ ਗਿਆ ਪੋਰਸ, ਰਾਜ ਹੋਇਆ ਨੀ ਕਿਸੇ ਤੋਂ ਮਹਾਰਾਜੇ ਰਣਜੀਤ ਵਰਗਾ ਤੇ ਕੱਪੜੇ ਲਾ ਕੇ ਪੱਟਾਂ ਤੇ ਥਾਪੀਆਂ ਤੇ ਬੜਿਆਂ ਨੇ ਮਾਰੀਆਂ ਉੱਠਿਆ ਨੀ ਕੋਈ ਬਾਜੇ ਦੇ ਹਰਜੀਤ ਵਰਗਾ ਰਿੱਤ ਬੋਲਦਾ ਤਾਂ ਕਹਿੰਦੇ ਐਵੇਂ ਨਾਮ ਹੀ ਆ ਹਜ਼ਾਰ ਮੀਲ ਤੇ ਬੰਦਾ ਸਟਾਰ ਤੱਕ ਪੀ ਕੇ ਪਾੜਦਾ ਉਹ ਗ੍ਰੇਟ ਟੀਮ ਦੀ ਕਿੱਥੋਂ ਰੀਸ ਕਰ ਲੂ ਬਈ ਟਰਾਲਾ ਸਾਹਮਣੇ ਖੇਡਦਾ ਚਿੱਟੀ ਟੀ ਸ਼ਰਟ
ਨਾਮ ਸੁਣ ਕੇ ਹਰੀ ਸਿੰਘ ਨਲੂਏ ਹਰ ਗਿਆ ਜੀ, ਹਰ ਗਿਆ ਹਰ ਗਿਆ, ਤੇ ਉਦੋਂ 53 ਫੁੱਟਾਂ ਕੀ ਬੈਕ ਲੱਗਣਾ ਬਈ ਜੀ ਨੇ ਹਾਲੇ ਤੱਕ ਲਾਇਸੈਂਸ ਨਹੀਂ ਲਿਆ ਕਾਰ ਦਾ ਤੇ ਕੁੜਤਾ ਬੋਲੀ ਬਈ ਸਿਕੰਦਰਪੁਰੇ ਕਿੰਨੀ ਤਰੀਕ ਦਾ ਉਡਾਂ ਕਿੰਨੀ ਦਾ ਦੁਆਰੇ ਕਰੇ ਕਮੈਂਟ ਵੀਰੇ ਕਹਿੰਦੇ ਢੂਈ ਭੰਨ ਦਿੰਦਾ ਜੀ ਆ ਗਿਆ ਕਮੈਂਟ ਰੇਟ ਆਪਣੀ ਕੋਈ ਅੱਜ ਟਰੈਕਟਰ ਤਾਂ ਫਾਰੋਂ ਬੜਿਆਗੇ ਪਰ 855 ਨੇ ਜੀਬ ਕਢਾਈਆ ਤੂੜੀ ਵਾਲੀ ਮਸ਼ੀਨ ਦੀ ਹੈ ਆਊਟ ਕਮ ਸਪੀਡ 30 ਸਪੀਡ ਤੇ ਆਡੋ ਜੇ ਬੜੇ ਚਲਾ ਕੇ ਦੇਖ ਲਏ ਨਜ਼ਾਰਾ ਦਿੱਤਾ ਨਹੀਂ ਕਿਸੇ ਨੇ 18 ਦੇ ਕੇਰ ਵਰਗਾ ਤੇ ਰਫਲਾਂ ਦੇ ਬੜਿਆ ਬਾਬਿਆਂ ਕੋਲ ਆ ਰੰਡੇ ਵਾਲੇ ਵਾਲਿਆ ਪਰ ਤਬਕਾ ਹੈ ਨੀ ਕਿਸੇ ਦਾ ਪਿੰਡਰਾਂ ਦੇ ਸ਼ੇਰ ਵਰਗਾ ਉਹ ਤਬਕਾ ਹੈ ਨੀ ਕਿਸੇ ਦਾ ਉਹ ਪਿੰਡਰਾਂ ਦੇ ਸ਼ੇਰ ਵਰਗਾ ਐਨ ਗੱਲਾਂ ਹੋਈਆਂ ਮੇਰੇ ਵੀਰੋ ਸੰਤ ਜਰਨੈਲ ਸਿੰਘ ਜੀ ਖਾਲਸਾ ਥੋੜਾ ਬਹੁਤਾ ਚੈਡੂ ਤੇ ਇੱਕ ਵਾਰੀ ਤਾੜੀ ਮਾਰ ਦੋ ਜ਼ੋਰ ਦੇਣ ਕਿੰਨੇ ਕੁ ਵੀਰ ਗਰਾਊਂਡ ਨਾਲ ਜੁੜੇ ਹੋਏ ਆ ਜਿੰਨਾ ਜਿੰਨਾ ਜੂਨ ਮਹੀਨੇ ਦਾ ਤੇ ਤਾੜੀ ਖੁੱਲ ਕੇ ਮਾਰ ਦੋ ਮੇਰਾ ਵੀਰ ਐਨ ਤਲਵੰਡੀ ਵਾਲੇ ਨੇ ਲਾਤੀ ਗੱਲ ਜੱਸੇ ਨੂੰ ਵੀਰੇ ਸਤ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਗੱਲਾਂ ਕਦੇ ਰੰਡਿਆਲੇ ਵਾਲੇ ਨੇ ਲਿਖਿਆ ਦਲਜੋਤ ਕਹਿੰਦਾ ਵੀ ਜੇ ਫਾਸਟਰ ਦੇ ਨੰਦਗੜੀਏ ਤੇ ਆਪਾਂ ਇੱਕ ਇੱਕ ਕਿਸਾਨਾਂ ਜਿਹੜੇ ਵੱਡੇ ਮਾਣ ਕਰ ਦਿਆਂਗੇ ਮੈਚ ਬੜਾ ਤਗੜਾ ਖੇਡਿਆ ਜਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਫਾਈਨਲ ਮੈਚ ਆ ਤੇ ਲੈ ਵੀ ਪਈ ਪ੍ਰਬੰਧਕ ਕਮੇਟੀ ਨੂੰ ਜਿਹੜੀ ਬਹੁਤ ਵੱਡੀ ਮੁਬਾਰਕਬਾਦ ਹੈ ਬਿੰਦਰੀ ਸਕੋਰ ਕੀਆ ਬਿੰਦਰੀ ਵੀਰੇ ਔਰ ਨਾਲ ਹੀ ਮੈਂ ਬਹੁਤ ਵੱਡਾ ਧੰਨਵਾਦ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਸਰਦਾਰ ਜਸਪਾਲ ਸਿੰਘ ਜੀ ਕੁਲਦੀਪ ਕੰਬੈਂਸ ਵਾਲੀ ਉਹਨਾਂ ਬੋਲਾਂ ਦੇ ਲਈ 500 ਰੁਪਏ ਦਾ ਜਿਹੜਾ ਵੱਡਾ ਮਾਣ ਪਹੁੰਚਦਾ ਕੀਤਾ ਗਿਆ ਮੈਂ ਦਿਲੋਂ ਧੰਨਵਾਦ ਕਰਾਂਗਾ ਬਹੁਤ ਸਾਰਾ ਮਾਣ ਪਿਆਰ ਜਿਹੜਾ ਇਹਨਾਂ ਬੋਲਾਂ ਦੇ ਲਈ ਸਰਦਾਰ ਜਸਪਾਲ ਸਿੰਘ ਜੀ ਕੁਲਦੀਪ ਕੰਬੈਂਸ ਵਾਲੇ ਹੈ ਉਹਨਾਂ ਦੇ ਵੱਲੋਂ ਆਇਆ ਹੈ ਸੱਚੇ ਪਾਤਸ਼ਾਹ ਇਹ ਮੇਰੀਆਂ ਦਿਲੋਂ ਦੁਆਵਾਂ ਨੇ ਔਰ ਸਮੁੱਚੇ ਦਸ਼ਮੇਸ਼ ਕਲੱਬ ਦਾ ਆਪਾਂ ਦੇਣ ਨਹੀਂ ਦੇ ਸਕਦੇ ਹੈ ਬਹੁਤ ਵੱਡਾ ਜਿਹੜਾ ਭਰਾਵਾਂ ਨੇ ਅਰੇਂਜਮੈਂਟ ਕੀਤਾ ਹੋਇਆ ਹੈ ਔਰ ਮੇਰੇ ਮਿੱਤਰੋ ਕਿਸੇ ਬਿਰਲੇ ਟਾਵੇ ਬੰਦੇ ਦੇ ਵਿੱਚ ਇਹ ਗੱਲਬਾਤ ਹੁੰਦੀ ਹੈ ਔਰ ਜਿਹਨੂੰ ਆਪਾਂ ਕਹਿ ਸਕਦੇ ਵੀ ਸਾਨੂੰ ਇਹਦੇ ਤੇ ਮਾਣ ਹੈ ਵੀ ਦਿਲਾਂ ਦੇ ਜਿੰਦਰੇ ਖੋਲਦੀ ਹੈ ਇੱਕ ਮਿਠਾਸ ਹੀ ਹੁੰਦੀ ਹੈ ਤੇ ਕਿਸੇ ਕਿਸੇ ਇਨਸਾਨ 'ਚ ਗੱਲ ਕੋਈ ਖਾਸ ਹੀ ਹੁੰਦੀ ਹੈ ਕਿਸੇ ਕਿਸੇ ਇਨਸਾਨ 'ਚ ਗੱਲ ਕੋਈ ਖਾਸ ਹੁੰਦੀ ਹੈ ਭਰਾ ਸਾਡਾ ਮਨੂਆ ਜਿਹੜੇ ਭਰਾ ਦੇ ਨਾਲ ਸਾਰੇ ਜਿਹੜੇ ਜੰਗ ਮੁੰਡਿਆਂ ਮੋਢੇ ਨਾਲ ਮੋਢਾ ਜੋੜ ਕੇ ਚੱਲਿਆ ਹੈ ਸਾਰਾ ਜਿਹੜਾ ਕਰਤਾ ਧਰਤਾ ਆਪਾਂ ਕਹਿ ਦਈਏ ਭਰਾ ਸਾਡਾ ਦੇਖ ਰੇਖ ਜਿਹੜੀ ਮਨੂ ਕਰ ਰਿਹਾ ਹੈ ਸਾਰੇ ਭਰਾਵਾਂ ਨੇ ਰੱਜ ਕੇ ਸਾਥ ਦਿੱਤਾ ਹੈ ਔਰ ਮੈਂ ਬੇਨਤੀ ਕਰਦਾ ਜਿੰਨੀ ਵੀ ਸੰਗਤ ਆ ਵੀਰੇ ਇੱਕ ਵਾਰੀ ਪਹਿਲਾਂ ਜ਼ੋਰਦਾਰ ਤਾੜੀ ਮਾਰ ਦੇ ਯਾਰ ਮਨੂ ਦੇ ਲਈ ਹੈ ਕਿਉਂਕਿ ਬਹੁਤ ਵੱਡਾ ਮੇਰੇ ਮਿੱਤਰੋ ਕੰਮ ਹੋ ਜਾਂਦਾ ਹੈ ਮਨੂ ਆ ਭਰਾ ਸਾਡਾ ਔਰ ਵੀਰ ਸਾਡਾ ਔਰ ਕਦੇ ਜਿਹਦੇ ਨਾਲ ਖੜੇ ਆ ਤੇ ਖੁੱਲ ਕੇ ਖੜੇ ਆ ਵੀ ਕੀ ਹੋਣਗੇ ਨਤੀਜੇ ਸਭ ਭੁੱਲ ਕੇ ਖੜੇ ਆ ਔਰ ਕੀ ਹੋਣਗੇ ਨਤੀਜੇ ਇਹ ਸਭ ਭੁੱਲ ਕੇ ਖੜੇ ਆ ਤੇ ਪ੍ਰਿੰਸ ਕਹਿੰਦਾ ਐਨ ਸਾਡਾ ਵੀਰ ਮਨੂ ਕਹਿੰਦਾ ਵੀ ਯਾਰੀ ਕਹਿੰਦੇ ਪ੍ਰਿੰਸ ਗੁਰਨੇ ਨੇ ਵੀ ਫੱਟੇ ਨੂੰ ਕਹਿੰਦੇ ਕਿੱਲਾ ਰਗੀ ਪਗਾ ਦਿੱਤੀ ਆ ਭਰਾ ਸਾਡੇ ਨੇ ਜਿਹਨੂੰ ਜਿਹਨੂੰ ਸੱਦੇ ਲਾਏ ਤੇ ਗੱਲ ਕਹਿੰਦੇ ਟਿਕਾਣੇ ਲਾ ਦਿੱਤੀ ਆ ਭਰਾ ਸਾਡੇ ਦਾ ਮੈਂ ਧੰਨਵਾਦ ਕਰਦਾ ਵੀ ਪ੍ਰਿੰਸ ਗੁਰਨੇ ਦੀ ਆ ਤੇ ਮਨੂ ਕਹਿੰਦਾ ਵੀ ਗੱਲ ਲੱਗ ਗਈ ਟਿਕਾਣੇ ਆ ਭਰਾ ਦੇ ਨਾਲ ਖੜ ਕੇ ਪਲੇਅਰਾਂ ਨੂੰ ਸੱਦੇ ਲਾਏ ਤੇ ਲੈ ਵੀ ਮਨੂ ਪਹਿਲਾਂ ਟੌਪ ਦਾ ਹੋ ਗਿਆ ਲੈ ਵੀ ਪੰਡਤ ਇੱਕ ਵਾਰੀ ਨੰਬਰ ਦੱਸੀ ਫੇਰ ਮੇਰਾ ਵੀਰ ਕਿੰਨੇ ਕਿੰਨੇ ਹੋ ਗਏ ਤੇ ਲੈ ਵੀ ਆਲੂ ਵਾਲੀ ਆ ਜੇ 100,000 ਲੱਗ ਗਿਆ ਤੇ ਭਾਰਸੋਂ ਮੇਲੇ ਦਾ ਕਹਿੰਦੇ ਇਤਿਹਾਸ ਰਚਿਆ ਗਿਆ 14 ਤੇ 4 ਔਰ ਨਾਲ ਹੀ ਡਾਕਟਰ ਹਰਜੀਤ ਸਿੰਘ ਜੀ ਰਾਜਸਰ ਉਹਨਾਂ ਦੇ ਜਵਾਈ ਕੁਲਵਿੰਦਰ ਸਿੰਘ ਜੀ ਕਿੰਨੇ ਨੰਬਰ ਹੋ ਗਏ ਨੰਬਰ 14 ਦਲਜੋਤ ਸਾਡਾ ਵੀਰ ਧੂਰੀ ਵਾਲਾ ਐਡਵੋਕੇਟ ਹੈ ਭਰਾ ਸਾਡਾ ਦਲਜੋਤ ਧੂਰੀ ਵਾਲਾ ਯਾਰਾਂ ਦਾ ਯਾਰ ਆ ਉਹ ਭਰਾ ਨੇ ਇਹਨਾਂ ਬੋਲਾਂ ਦੇ ਲਈ 500 ਦੇ ਜਿਹੜੇ ਵੱਡੇ ਮਾਣ ਕੀਤੇ ਆ ਤੇ ਨਾਲ ਖੁੱਲੀ ਵਾਲੀ ਸੋਨੀ ਦੇ ਲਈ ਸੋਨੀ 500 ਰੁਪਏ ਤੇਰੇ ਲਈ ਭੇਜਿਆ ਬਾਈ ਕਾਲਾ ਟਿਵਾਣਾ ਬਾਈ ਨੋਨਾ ਬਾਈ ਦੀਪਾ
ਭਾਈ ਰਾਣਾ ਲਾਡੀ ਹੁਣੀ ਬਲਦੇਵ ਸਰਪੰਚ ਵਰਗੇ ਸਾਡੇ ਵੀਰ ਨੇ ਸੁੱਖ ਪ੍ਰਧਾਨ ਜੀ ਆ ਭਾਈ ਧਿਆਨ ਔਰ ਮੋਨੂ ਦੀਆਂ ਦੇ ਕਿਆ ਹੀ ਬਾਤਾਂ ਨੇ ਭਰਾ ਸਾਡਾ ਕੁਲਵਿੰਦਰ ਨਾਲ ਬੱਬੀ ਆ ਤੇ ਡਾਕਟਰ ਜਿਹੜਾ ਬੱਲੀ ਆ ਔਰ ਭਰਾ ਸਾਡਿਆਂ ਨੇ ਮੇਰੇ ਮਿੱਤਰ ਜਿਹੜਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮੇਲਾ ਕਰਵਾਇਆ ਇਹ ਵੱਡੀ ਗੱਲ ਹੈ ਜਿਹੜੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮੇਲਾ ਕਰਵਾਇਆ ਚੱਲਦੇ ਮੈਚ ਦੀ ਆਹ ਕਣ ਕੇ ਟਿਕਾਣੇ ਲੱਗੀ ਪਈ ਹੈ ਮੇਰੇ ਮਿੱਤਰੋ ਲੈ ਵੀ ਹਰਮਨ ਜੇ ਤੂੰ ਸਿੰਗਲ ਹੈਂਡ ਵੀ ਮਾਰ ਗਿਆ ਤੇ ਭਰਾ ਸਾਡਾ ਮੰਨੂ ਕਹਿੰਦਾ ਲੈ ਵੀ ਮੈਨੂੰ ਕਿੰਨੇ ਹਾਂਜੀ ਹਾਂਜੀ ਗਰਲਾਲ ਵੀਰੇ ਬੋਲੋ ਵੀਰੇ ਬੋਲੋ ਗਰਲਾਲ ਰੁਪਈਆ ਜਿਹੜਾ 1100 ਦਿੱਤਾ ਰਹਿਣਾ ਨਾਲ ਹੀ ਪ੍ਰਦੀਪ ਬਿੱਲੋ ਜੀ ਉਹ ਵੀ ਜੁੜੇ ਹੋਏ ਨੇ ਮੈਚਾਂ ਦੇ ਨਾਲ ਦਿਲੋਂ ਧੰਨਵਾਦ ਹੈ ਸਾਰੀ ਸੰਗਤ ਰਹੀ ਹੈ ਸਕੋਰ 14 ਨੇ ਮੇਰੇ ਖਿਆਲ ਵੀਰੇ ਸਿਆਣੇ ਬੰਦੇ ਪਹਿਲਾਂ ਗੱਲ ਸੋਚਦੇ ਵਿਚਾਰਦੇ ਬੱਲੇ 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 ਹੈ ਭਾਈ ਯਾਰ ਤਾੜੀ ਤਾਂ ਮਾਰਦੇ ਦੋਨੋਂ ਟੀਮਾਂ ਲਈ ਫਾਈਨਲ ਮੈਚ ਬੜਾ ਤਕੜਾ ਖੇਡਿਆ ਜਾ ਰਿਹਾ ਟਿਕਾਣੇ ਲੱਗੀ ਹੋਈ ਆ ਰਾਜੂ ਚਾਚਾ ਜੀ ਵੀ ਸਾਡੇ ਮੈਚਾਂ ਦਾ ਆਨੰਦ ਮਾਣਦੇ ਬਹੁਤ ਬੜਾ ਧੰਨਵਾਦ ਕਰਦੇ ਆ ਮੈਨੂੰ ਕਹਿੰਦਾ ਵੀ ਚਾਚਾ ਜੀ ਆਏ ਹੋਏ ਆ ਗੱਲਾਂ ਕਹਿੰਦੇ ਟਿਕਾਣੇ ਲੱਗਦੀਆਂ ਨੇ ਆਹ ਬਹੁਤ ਬਹੁਤ ਧੰਨਵਾਦ ਹੈ ਉਧਰੋਂ ਭਰਾ ਹੈ ਸਾਡਾ ਕਹਿੰਦੇ ਪ੍ਰਿੰਸ ਗੁਰਨ ਜੀ ਦੀ ਯਾਰੀ ਕਹਿੰਦਾ ਮੰਨੂ ਦੇ ਨਾਲ ਹੈ ਐਨ ਗੱਲਾਂ ਹੁੰਦੀਆਂ ਵੀ ਤੂੰ ਕਿਉਂ ਘਬਰਾਉਂਦੀ ਅੜੀਏ ਨੀ ਹੈ ਜੱਟ ਫੋਕੇ ਫਿੱਟਰ ਨਾ ਮਾਰੇ ਬੜੀ ਵੱਡੀ ਹੈ ਢਾਣੀ ਜੱਟਾਂ ਦੀ ਇਹ ਦਿਨੇ ਦਿਖਾ ਦੇਣਗੇ ਤਾਰੇ ਆਹ ਮੈਨੂੰ ਮਾਣ ਬੜਾ ਇਹਨਾਂ ਤੇ ਜਿਹੜੇ ਮੋਢਾ ਜੋੜ ਕੇ ਨਾਲ ਖੜੇ ਵੀ ਫੱਟੇ ਚੱਕ ਦੇਣਗੇ ਨੀ ਹੈਗੇ ਸੁੱਖ ਨਾਲ ਮਿੱਤਰਾਂ ਦੇ ਯਾਰ ਬੜੇ ਮਦਨ ਮਾਸਟਰ ਜੀ ਉਹਨਾਂ ਦੀ ਯਾਦ ਨੂੰ ਜਿਹੜਾ ਅੱਜ ਦਾ ਇਹ ਖੇਡ ਟੂਰਨਾਮੈਂਟ ਉਹ ਜਿਹੜਾ ਸਮਰਪਿਤ ਕਰ ਦਿੱਤਾ ਗਿਆ ਉਹਨਾਂ ਦੀਆਂ ਯਾਦਾਂ ਜਿਹੜੀਆਂ ਹਮੇਸ਼ਾ ਇਹਨਾਂ ਗਰਾਊਂਡਾਂ ਦੇ ਵਿੱਚ ਗੂੰਜਦੀਆਂ ਰਹਿਣਗੀਆਂ ਕਿੰਨੀ ਵਧੀਆ ਸੋਚ ਆ ਵੀ ਇੱਕ ਟ੍ਰਿਬਿਊਟ ਇੱਕ ਸ਼ਰਧਾਂਜਲੀ ਹੈ ਉਹਨਾਂ ਨੂੰ ਇਸ ਖੇਡ ਟੂਰਨਾਮੈਂਟ ਦੇ ਜ਼ਰੀਏ ਜਿਹੜਾ ਦਿੱਤਾ ਜਾ ਰਿਹਾ ਹੈ ਔਰ ਡਾਕਟਰ ਹਰਜੀਤ ਸਿੰਘ ਜੀ ਰਾਜਸਰ ਉਹਨਾਂ ਦੇ ਨਾਲ ਗੂੜੀਆਂ ਰਿਸ਼ਤੇਦਾਰੀਆਂ ਨੇ ਕੁਲਵਿੰਦਰ ਸਿੰਘ ਜੀ ਸਾਡੇ ਮਟੋੜਾ ਉਹਨਾਂ ਦੇ ਵੱਲੋਂ ਜਿਹੜੀ ਉਹਦੇ ਲਈ 2100 ਦੇ ਵੱਡੇ ਮਾਣ ਪਿਆਰ ਜਿਹੜੇ ਦਿੱਤੇ ਜਾਣਗੇ ਹਾਂਜੀ ਕਾਲਾ ਬਾਈ ਜੀ ਨੰਬਰਦਾਰ ਕਰੋ ਗੱਲ ਆਹ ਗੱਲਾਂ ਕਹਿੰਦੇ ਟਿਕਾਣੇ ਲੱਗੀਆਂ ਉਧਰੋਂ ਸਾਡੇ ਸੁੱਖ ਘੁੰਮਣ ਪ੍ਰਧਾਨ ਸਾਹਿਬ ਜਿਹਨਾਂ ਵੱਲੋਂ ਇਹਨਾਂ ਬੋਲਾਂ ਦੇ ਵੱਡੇ ਜਿਹੜੇ ਮਾਣ ਆਇਆ ਮੈਂ ਤਾਂ ਦਿਲ ਤੋਂ ਧੰਨਵਾਦ ਕਰਦਾ ਪ੍ਰਧਾਨ ਸਾਹਿਬ ਵੀ ਬੜੇ ਇਹ ਵੀ ਮੈਨੂੰ ਨਿਮਰਤਾ ਵਾਲੇ ਇਨਸਾਨ ਹੈ ਜਿਹਨਾਂ ਨੇ ਗੱਲ ਟਿਕਾਣੇ ਲਾ ਦਿੱਤੀ ਹੈ ਇਹ ਵੀ ਇੱਕ ਤਾੜੀ ਸੁੱਖ ਪ੍ਰਧਾਨ ਜੀ ਦੇ ਉੱਤੇ ਵੀ ਮਾਰ ਦਿੰਦੇ ਵੀਰੋ ਗੱਲ ਕਹਿੰਦੇ ਟਿਕਾਣੇ ਲੱਗੀ ਹੈ ਦਸਮੇਸ਼ ਸਪੋਰਟਸ ਕਲੱਬ ਮੇਰੇ ਵੀਰੋ ਭਰਾ ਕਹਿੰਦੇ ਵੀ 20 ਸਾਲ ਤੋਂ ਲੈ ਕੇ ਇਹਨਾਂ ਸਿਰ ਤੇ ਮੇਰੇ ਮਿੱਤਰੋ ਮੇਲੇ ਹੁੰਦੇ ਆ ਐਨ ਜਦੋਂ ਨਵੇਂ ਮੁੰਡੇ ਨਾਲ ਮੋਢੇ ਜੋੜ ਕੇ ਖੜਦੇ ਨੇ ਗੱਲ ਟਿਕਾਣੇ ਲਾਉਂਦੇ ਆ ਮੈਂ ਤਾਂ ਧੰਨਵਾਦ ਕਰਦਾ ਬੋਲਾਂ ਨੇ ਵੀ ਕੀਤੇ ਆ ਮੈਂ ਵੀ ਚੋਟੀ ਦਾ ਪਟਾਕੇ ਪਏ ਹੋਏ ਆ ਧੂਰੀ ਵਾਲਾ ਯਾਰ ਉਹ ਕੇਟ ਜਿਹਨੇ 500 ਭੇਜੇ ਇਹਨਾਂ ਬੋਲਾਂ ਦੇ ਲਈ ਐਨ ਸੁੱਡੀ ਦੇ ਲਈ ਜਨਾਲ ਤੇ ਮੇਰੇ ਮਿੱਤਰੋ ਇਹਨਾਂ ਬੋਲਾਂ ਦੇ ਲਈ 500 ਦੇ ਜਿਹੜੇ ਵੱਡੇ ਮਾਨ ਕੀਤੇ ਆ ਆਹ ਮੈਂ ਬੜਾ ਚੁੱਟੀ ਆ ਆਹ ਜੱਸਾ ਕਹਿੰਦਾ ਨੰਦਗੜੀ ਆ ਪਰਲੇ ਪਾਸੇ ਰਾਸਰੀ ਆ ਭਾਦਰਗੜੀ ਆ ਰਵੀ ਆ ਪਟਾਕੇ ਕਹਿੰਦੇ ਮੁੰਡੇ ਪਾਈ ਤੁਰੇ ਆਉਂਦੇ ਆ ਆਹ ਚੋਦੇ ਰਣਵੀ ਚੂਜ ਦੇ ਕਹਿੰਦੇ ਤਲਵਾਰਾਂ ਉਸ ਟਾਟੇ ਦੇ ਥੁੰਬੀਆਂ ਚਿੱਤਾਂ ਦੇ ਹਾਰਾਂ ਆਹ ਜਿੱਤ ਕੇ ਜਸ਼ਨ ਮਨਾਈਏ ਨਾ ਤੇ ਹਾਰਾਂ ਮਰੀਏ ਤੇ ਮੁੰਡੇ ਬੋਲ ਬੋਲੀਏ ਕਰਤਾਰੋਂ ਡਰੀਏ ਮੈਨੂੰ ਆਉਣ ਲੱਗਦਾ ਤੇ ਜਿਵੇਂ ਬਣਦਾ ਕੋਈ ਚਾਹੁੰਦਾ ਹੋਵੇ ਭਾਦਰਗੜੀ ਆ ਦਿੱਲੀ ਦੇ ਇਲਾਕੇ ਦਾ ਜਿੱਦਾਂ ਢਿੱਲੋਂ ਨੇ ਕਿਹਾ ਵੀ ਲਾਲੀ ਪ੍ਰਧਾਨ ਵੀ ਲਾਈਵ ਤੇ ਆਉਂਦਾ ਤੇ ਲਾਲੀ ਉਹ ਇਨਸਾਨ ਆ ਵੀ ਜਿਹਦੇ ਨਾਲ ਖੜਿਆ ਤੇ ਥੰਮ ਵਰ ਕੇ ਖੜਿਆ ਲਵੀ ਢਿੱਲੋਂ ਤੇ ਲਾਲੀ ਪ੍ਰਧਾਨ ਬਾਈ ਉਹ ਇਨਸਾਨ ਹੈ ਜਦੋਂ ਕਿਸਾਨੀ ਸੰਘਰਸ਼ ਲੱਗਿਆ ਤੇ ਜਦੋਂ ਆਪਾਂ ਜਾਂਦੇ ਹਾਂ ਚੰਡੀਗੜ੍ਹ ਰੋਡ ਜਦੋਂ ਖੜ ਟੱਪ ਦੇ ਖੜਦੇ ਲਾਗੇ ਕਰਕੇ ਜਿੱਥੇ ਟੋਲ ਪਲਾਜ਼ਾ ਆਉਂਦਾ ਹੈ ਮੇਰੇ ਖਿਆਲ ਨਾਲ ਦੇਸੂਮਾ ਜਿਹੜਾ ਟੋਲ ਪਲਾਜ਼ਾ ਦੇ ਵੀ ਢਿੱਲੋਂ ਤੇ ਉੱਥੇ ਜਿੰਨਾ ਟਾਈਮ ਕਿਸਾਨੀ ਸੰਘਰਸ਼ ਦਾ ਧਰਨਾ ਲੱਗਦਾ ਰਿਹਾ ਤੇ ਉਨਾ ਟਾਈਮ ਕਹਿੰਦੇ ਲਾਲੀ ਪ੍ਰਧਾਨ ਨੇ ਖੁੱਲ੍ਹਾ ਲੰਗਰ ਪ੍ਰਸ਼ਾਦਾ ਮੇਰੇ ਮਿੱਤਰੋ ਆਪਣੀ ਤਰਫੋਂ ਲਾ ਕੇ ਰੱਖਿਆ ਇਹੋ ਜਿਹੇ ਇਨਸਾਨਾਂ ਦੀ ਵੀ ਵੱਡੀ ਰਹਿਣਾ ਹੈ ਲੈ ਵੀ ਇੱਕ ਤਾੜੀ ਮਾਰ ਦੋ ਕਿਹੜਾ ਲਾਲੀ ਬਾਈ ਦੇ ਲਈ ਵੀ ਹੈ ਤੇ ਲਾਲੀ ਵੀ ਲਾਈਵ ਤੇ ਆਉਂਦਾ ਜਦੋਂ ਗੱਲ ਟਿਕਾਣੇ ਲਾਉਂਦਾ ਆਹ ਸਾਹਮਣੇ ਨੰਦਗੜੀਏ ਹੈਲੋ ਡਾਲੀ ਬਾਈ ਮਨੀ ਹੋਣੀ ਭਰਾ ਨੇ ਸਾਡੇ ਔਰ ਬਾਈ ਮੋਨੂ ਪੁਆਇੰਟ ਵੀਰੇ ਪੁਆਇੰਟ ਕੀ ਹੋਈ ਬਾਈ ਮੋਨੂ ਕੌੜਾ ਦੀ ਉਹਨਾਂ ਦੇ 14 ਬਾਦਰ ਸਾਹਿਬ 8 14 8 ਨੇ ਜੀ ਮਦਨ ਲਾਲ ਮਾਸਟਰ ਜੀ ਜਿਨ੍ਹਾਂ ਦੀ ਯਾਦ ਹੋਰ ਵੀਰੇ ਅਨਮੋਲ ਬਾਰੇ ਦਾ 14 8 ਵੀਰੇ ਸਮਰਪਿਤ ਕਰ ਦਿੱਤਾ
ਔਰ ਭਰਾ ਸਾਡਿਆਂ ਨੇ ਜਾਣਕਾਰੀ ਦੇ ਵਿੱਚ ਵਾਧਾ ਕੀਤਾ ਵੀ ਜੇਕਰ ਇਸ ਨਗਰ ਦੇ ਵਿੱਚ ਖੇਡ ਵਾਲੀਬਾਲ ਦਾ ਬੂਟਾ ਲੱਗਿਆ ਜਾਗ ਲੱਗਿਆ ਬੂਟਾ ਲੱਗਿਆ ਤੇ ਮਾਸਟਰ ਮਦਨ ਜੀ ਦੀ ਬਹੁਤ ਵੱਡੀ ਦੇਣ ਰਹੀ ਹੈ ਔਰ ਮੈਂ ਬੇਨਤੀ ਕਰਦਾ ਇੱਕ ਵਾਰੀ ਤਾੜੀ ਮਾਰਦੇ ਯਾਰ ਜ਼ੋਰਦਾਰ ਮਾਸਟਰ ਮਦਨ ਜੀ ਹੋਣਾ ਦੀ ਯਾਦ ਨੂੰ ਤਾਜ਼ਾ ਕੀਤਾ ਜਾ ਰਿਹਾ ਹੈ ਜਿੰਨਾ ਟਾਈਮ ਵਾਲੀਬਾਲ ਰਹੂਗੀ ਹੈ ਤੇ ਉਹਨਾਂ ਟਾਈਮ ਮਾਸਟਰ ਮਦਨ ਜੀ ਹੋਣਾ ਦਾ ਨਾਮ ਜਿਹੜਾ ਤਾਂ ਗਰਾਊਂਡਾਂ ਦੇ ਗੋਲਦਾ ਰਹਿਣਾ ਹੈ ਔਰ ਸਾਡੇ ਵੀਰ ਮੋਨੂ ਹੋਣਾ ਨੇ ਬਾਈ ਸਾਡੇ ਭਰਾ ਮੋਨੀ ਵਰਗਿਆਂ ਨੇ ਰਲ ਮਿਲ ਕੇ ਖੇਡ ਟੂਰਨਾਮੈਂਟ ਤੇ ਸਟਾਰਾਂ ਲਈ ਸਟਾਰ ਹੈ ਬਾਈ ਸਾਡਾ ਨੋਨਾ ਨਾਲ ਬਾਈ ਦੀਪਾ ਬਾਈ ਰਾਣੇ ਹੋਣੀ ਹੈ ਔਰ ਜਿਹੜੀ ਗੱਲ ਕਹਿਤੀ ਦੇ ਪੱਥਰ ਤੇ ਲੀਕ ਹੈ ਤਾਂ ਵੀ ਢਿੱਲੋ ਇੱਕ ਗੱਲ ਹੋਰ ਹੈ ਕਲੱਬ ਬਣਿਆ ਹੈ ਔਰ ਨਾ ਤੇ ਕੋਈ ਕਲੱਬ ਦਾ ਪ੍ਰਧਾਨ ਹੈ ਨਾ ਕੋਈ ਵਾਈਸ ਪ੍ਰਧਾਨ ਜਿਹੜੇ ਭਰਾ ਨੇ ਜਿਹੜੀ ਗੱਲ ਕਹਿਣੀ ਪੱਥਰ ਤੇ ਲੀਕ ਹੀ ਹੈ ਇੱਕ ਵਾਰੀ ਬਾਈ ਯਾਰ ਦਸ਼ਮੇਸ਼ ਕਲੱਬ ਦੇ ਨਾਂ ਤੇ ਦੁਬਾਰਾ ਖੁੱਲ ਕੇ ਤਾੜੀ ਮਾਰ ਦੋ ਵੀਰ ਬਣ ਕੇ ਬਹੁਤ ਚੋਟੀ ਦੇ ਪ੍ਰਬੰਧ ਕਰਕੇ ਭਰਾਵਾਂ ਨੇ ਮੇਲਾ ਕਰਵਾ ਦਿੱਤਾ ਹੈ ਨਾਗਰੇ ਵਾਲਾ ਹੋ ਹੋ ਜਾਦੂਗਰ ਭੇਤੀ ਆ ਰਾਏਸਰ ਵਾਲੇ ਹੋ ਆਹ ਤਕੜੇ ਰਹੋ ਅਗਲਾ ਨੰਬਰ ਜੋੜੋ ਦੇ ਵੀ ਸਰਵਿਸ ਕਰ ਦਿੱਤੀ ਹੈ ਨੰਬਰਦਾਰ ਗੱਲ ਕਰੂਗਾ ਸਹੀ ਗੱਲ ਆ ਪਿਰਥੀ ਸਿਰਾ ਕਰੀ ਜਾਂਦਾ ਗਰਲਾਲ ਵੀਰੇ ਆਹੋ ਸਾਹਮਣੇ ਗੱਲ ਕਹਿੰਦੇ ਟਿਕਾਣੇ ਪੜਦੇ ਨੰਬਰ ਕਿੰਨੇ ਕਿੰਨੇ ਹੋ ਗਏ ਨੌ ਤੇ ਚੌਰਾਂ ਦੀ ਟੱਕਰ ਹੈ ਨੌ ਤੇ ਕਹਿੰਦੇ ਚੌਰਾ ਹੋ ਜੱਸਾ ਜੱਸਾ ਦੇ ਜੱਸਾ ਪਰ ਬਾਈ ਵੀ ਆ ਮੁੰਡਾ ਵੀ ਨਵਾਂ ਨਵਾਂ ਉੱਠਿਆ ਤੇ ਨਈ ਜਿਹੜੀ ਜਗ੍ਹਾ ਕਹਿੰਦੇ ਮਰਤੀ ਦੋਨਾਂ ਨੰਦਗੜੀ ਹੈ ਪਰ ਆ ਮੁੰਡੇ ਨੂੰ ਮੌਕਾ ਮਿਲਣ ਲੱਗਿਆ ਬਹੁਤ ਤਕੜਾ ਡਿਫੈਂਸ ਕਰਦਾ ਹੈ ਬਾਕੀ ਕੋਈ ਗੱਲ ਨੀ ਬਾਲਾਂ ਦੇ ਪਲੇਅਰ ਦੀ ਲੱਗਦੀ ਹੈ ਤੇ ਆ ਮੁੰਡੇ ਦਾ ਵੀ ਹੌਸਲਾ ਬਣਾਓ ਇੱਕ ਵਾਰੀ ਤਾੜੀ ਮਾਰੋ ਯਾਰ ਨੰਦਗੜ ਵਾਲਿਆਂ ਮੁੰਡੇ ਲਈ ਬਾਲ ਨੂੰ ਹੱਥੇ ਪਾਏ ਤੇ 200 ਰੁਪਇਆ ਸਾਡੇ ਬਾਈ ਮੰਨੂ ਦੇ ਵੱਲੋਂ ਆ ਗਿਆ ਲੈ ਵੀ ਮਰਪੀਤ ਦਾ ਨਾਂ ਕੀ ਹੈ ਮੁੰਡੇ ਦਾ ਗੱਗੀ ਆ ਗੱਗੀ ਲਈ 200 ਦੇ ਵੱਡੇ ਮਾਰ ਆਇਆ ਗੱਲ ਕਹਿੰਦੇ ਜਿੱਤ ਹਾਰ ਦੀ ਇੱਕ ਪਾਸੇ ਲਈ ਤਲਵੰਡੀ ਵਾਲਿਆਂ ਪਰ ਮਾਣ ਹਰ ਇੱਕ ਵੀਰ ਦਾ ਕੀਤਾ ਜਾਣਾ ਗੁਰਪ੍ਰੀਤ ਮਾਸਟਰ ਜੀ ਔਰ ਨਾਲ ਹਰਿੰਦਰ ਮਾਸਟਰ ਜੀ ਹੈ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਇਸ ਖੇਡ ਟੂਰਨਾਮੈਂਟ ਨੂੰ ਕਰੇ ਇਸ ਗਰਾਊਂਡ ਦੇ ਵਿੱਚ ਕਰਵਾਉਣ ਦੇ ਲਈ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸਾਡੇ ਕਲੱਬ ਦੇ ਵੱਲੋਂ ਪੰਡ ਦੇ ਇੱਕ ਵਾਰੀ ਨੰਬਰ ਦੱਸੀ ਬਾਈ 30 ਸਤੰਬਰ ਹੈ ਸਿਕੰਦਰਪੁਰਾ ਯੂਪੀ 30 ਸਤੰਬਰ 9-14 ਵਾਹ ਬਾਈ ਵਾਹ ਬਾਈ ਜੀ 9-14 ਹੋ ਗਏ ਤੇ ਤਾੜੀ ਬਾਰੇ ਕੀ ਖਿਆਲ ਆ ਨੌ ਨੰਬਰ ਨੰਦਗੜ ਵਾਲੇ ਮੁੰਡਿਆਂ ਦੇ ਚੌਰਾ ਨੇ ਤਰਲੇ ਪਾਸੇ ਹੈ ਔਰ ਚੱਕੇ ਜਾਮ ਕਰੇ ਪਏ ਆ ਮੁੰਡਿਆਂ ਨੇ 9-10 ਹੁਣ ਕੌਣ ਕਰਦਾ ਕਿਹੜਾ ਗੱਭਰੂ ਕਰੂਗਾ ਕੋਸ਼ਿਸ਼ ਮੇਰੇ ਮਿੱਤਰੋ ਵੀ ਕੋਸ਼ਿਸ਼ ਤੇ ਕੀਤੀ ਹੈ ਲੱਭਣ ਲਈ ਲੱਖਾਂ ਨੇ ਆਹ ਜਿਹਨਾਂ ਨੂੰ ਤੂੰ ਦੱਸਦਾ ਕੋਈ ਹੋਰ ਹੀ ਅੱਖਾਂ ਨੇ ਉਧਰੋਂ 30 ਸਤੰਬਰ ਹੋਣੀ ਹੈ ਸਿਕੰਦਰਪੁਰ ਯੂਪੀ ਦੇ ਟੂਰਨਾਮੈਂਟ ਦੀ ਹੈ ਤੇ ਨਾਲ 14 ਤਰੀਕ ਨੂੰ ਵੀ ਤਲਵੰਡੀ ਵਾਲਾ ਤੈਨੂੰ ਬਹੁਤ ਬਹੁਤ ਮੁਬਾਰਕਬਾਦ ਵਾਲਾ ਵੀ ਦਿਲਸ਼ਾਦ ਐਲਈਡੀ ਦੇ ਇੱਕ ਜਿਹੜੇ ਵੱਡੇ ਮਾਣ ਹੋ ਰਿਹਾ ਹੈ ਤੇ ਨਾਲ ਹਡੋਲੀ ਵਾਲੇ ਜੈਕੀ ਨੂੰ ਇੱਕ ਐਲਈਡੀ ਦਿੱਤੀ ਜਾ ਰਹੀ ਹੈ ਮੇਰੇ ਮਿੱਤਰੋ ਐਨ ਆਊਟਾਂ ਦੇ ਮੇਲੇ ਦੇ 14 ਤਰੀਕ ਹੋਣੀ ਹੈ ਇਹ ਹਰਜੋ ਪਾਸੇ ਆਓ ਵਿੱਕੀ ਅੱਜ ਰਾਜ ਦੇ ਖੁੱਲ ਕੇ ਜਿੱਦਾਂ ਮਿੱਤਰਾ ਪਹਿਲੇ 1 ਲੱਖ ਦੀ ਸਮੈਸ ਆਓ ਪਰ ਮੁੰਡੇ ਕਮਾਲ ਕਰ ਗਿਆ ਹੈ ਲੈ ਵੀ ਯਾਰ ਨੰਦਗੜੀਆਂ ਦੀ ਖੇਡ ਕਿਵੇਂ ਲੱਗੀ ਤਾੜੀ ਤੇ ਮਾਰੋ ਆਓ ਮੇਲਾ ਲੁੱਟਣ ਵਾਲੀ ਗੱਲ ਕਰ ਦਿੱਤੀ ਹੈ ਮੇਰੇ ਵੀਰੋ ਆ ਗਿਆ ਲਾਈਵ ਤੇ ਬੁੱਕਾ ਵੀ ਲੈ ਵੀ ਕੀਤਾ ਹੁਣ ਤੱਕ ਕੀਤਾ ਕੀ ਹੈ ਹੈਲੋ ਹੈਲੋ ਲੈ ਵੀ 10 ਹੋ ਗਏ ਨਾ ਮੇਰੇ ਖਿਆਲ 10-14 ਦੀ 10-14 ਦਾ ਮੁਕਾਬਲਾ ਖੇਡਿਆ ਜਾ ਰਿਹਾ ਥੋੜਾ ਜਿਹੜਾ ਫਰਕ ਬਾਕੀ ਰਹਿ ਗਿਆ ਹੈ ਔਰ ਕੱਲੇ ਵੀਰ ਦਾ 10-14 ਜੀ ਧੰਨਵਾਦ ਕਰਾਂਗਾ ਟੂਰਨਾਮੈਂਟ ਦੇ 14 ਨੰਬਰ ਆ ਰਹੇ ਸਰੀਆਂ ਦੇ ਦਿੱਤਾ ਸੱਚੇ ਪਾਤਸ਼ਾਹ ਪ੍ਰਮਾਤਮਾ ਆਪਣੇ ਆਪ ਹੀ ਜਿਹੜਾ ਜਾਣੀ ਜਾਣਾ ਹੈ 10 ਤੋਂ ਜੇ 11 ਹੋ ਗਏ ਤੇ ਫੇਰ ਮੁਕਾਬਲਾ ਮੇਰੇ ਮਿੱਤਰੋ ਹੋਰ ਵੀ ਰੋਮਾਂਚਕ ਬਣ ਜਾਊਗਾ ਜੇ 11 ਤੋਂ 12 ਹੋ ਗਏ ਤੇ ਮੁੰਡਿਆਂ ਦਾ ਹੌਸਲਾ ਬੁਲੰਦ ਹੋ ਜਾਣਾ ਹੈ ਤੇ ਜੇ 12 ਤੋਂ 13 ਹੋ ਗਏ ਨਾ ਫੇਰ ਰਾਏਸਰ ਵਾਲਿਆਂ ਦਾ ਜੀ ਲੱਗਣੋਂ ਹਟ ਜਾਊਗਾ ਤੇ ਜੇ 14-14 ਹੋ ਗਏ ਤੇ ਆਪਾਂ ਨੂੰ ਕੀ ਅਸਰ ਹੈ ਆਪਾਂ ਤੇ ਅਸੀਂ ਸਵਾਲ ਲੈਣਾ ਆਪਾਂ ਨੂੰ ਕੀ ਹੈ ਉਹ ਗੱਲਬਾਤ ਕਹਿੰਦੇ ਟਿਕਾਣੇ ਲੱਗੀ ਪਈ ਹੈ ਨੰਬਰ ਅਗਲਾ ਜੋੜਨ ਦੇ ਲਈ ਮੁੰਡੇ ਤਿਆਰ ਤਿਆਰ ਨੰਦਗੜ ਦਾ ਜੱਸਾ ਇੱਧਰ ਸੈਂਟਰ ਦੇ ਵਿੱਚ ਹੈ ਤੇ ਟੱਟੂ ਕਹਿੰਦੇ ਬੜਾ ਪੁਰਾਣਾ ਦੇ ਮੰਨਿਆ ਪ੍ਰਮੰਨਿਆ ਖਿਡਾਰੀ ਹੈ ਸਾਡੀ ਖੇਡ ਵਾਲੀਬਾਲ ਦਾ ਔਰ ਭਰਾ ਸਾਡੇ ਕਹਿ ਰਿਹਾ ਵੀ ਵੱਡੇ ਰਿਕਾਰਡ ਬੋਲਦੇ ਆ ਟੱਟੂ ਦੇ ਵੀ ਹੈ ਟੱਟੂ ਵੀ ਕਹਿੰਦੇ ਦੁਨੀਆਂ ਦਾ ਮਹਾਨ ਪਰ ਬਹਾਦਰਗੜ੍ਹ ਦਾ ਰਵੀ ਹੈ ਉਹ ਕਹਿੰਦੇ ਵੱਡੀ ਗੱਲ ਨਹੀਂ ਕਰ ਗਿਆ ਖੇਡ ਦੇ ਮੈਦਾਨ ਦੇ ਵਿੱਚ
ਔਰ ਸਫਲਤਾ ਜਿਹੜੀ ਹੈ ਮੇਰੇ ਮਿੱਤਰੋ ਨੰਦਗੜ੍ਹ ਦੀ ਟੀਮ ਦੇ ਖਾਤੇ ਵਿੱਚ ਜਾ ਜੁੜ ਗਈ ਹੈ। ਨੰਦਗੜ੍ਹ ਪਿੰਡ ਕਦੇ ਜ਼ਿਲ੍ਹੇ ਸੰਗਰੂਰ ਦਾ ਪਿੰਡ ਹੈ ਔਰ ਜ਼ਿਲ੍ਹੇ ਬਰਨਾਲੇ ਦੀ ਟੀਮ ਹੈ। ਰਾਏਸਰ ਇੱਕ ਇੱਕ ਖਿਡਾਰੀ ਹੈ ਜਿਹੜਾ ਬਾਹਰੋਂ ਸੱਦਿਆ ਹੋਇਆ, ਇੱਕ ਪਾਸੇ ਨਾਗਰੇ ਦਾ ਪਿਰਥੀ ਹੈ, ਇਹ ਮੁੰਡਾ ਰਾਏਸਰ ਦੀ ਟੀਮ ਦੇ ਲਈ ਵੀ ਖੇਡਿਆ ਤੇ ਮੈਚ ਮੁੰਡੇ ਨੇ ਜਿੱਤਿਆ। ਆਹ ਮੁੰਡਾ ਬਣੇ ਫਿਰਦੇ ਆ ਕਿ ਬੱਲੀਏ ਬਣਾ ਕੇ ਝਾਂਜਰ ਤੇਰੀ ਹੈ ਤੇ ਨਾਲ ਨਾਲ ਤੇਰੇ ਤੁਰਨਾ। ਜੈ ਮਿੱਤਰਾਂ ਨੇ ਕੋਕਾ ਬੰਨਣਾ, ਜੈ ਬਣਿਆ ਸੁਰਮਾ, ਜਾਂ ਫਿਰ ਪੱਕੇ ਬਣ ਜਾਵਾਂਗੇ ਗਾਦੀ ਤੇਰੀ ਦੇ ਬਣ ਕੇ, ਹੁਣ ਤੈਨੂੰ ਟੱਕਰਾਂਗੇ ਸੱਜਰੇ ਸ਼ਰੀਕ ਤੇਰੇ ਬਣ ਕੇ। ਭੱਲੇ 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 ਆ ਭੱਲੇ ਭੇਤੀਏ ਕਹਿੰਦੇ ਰਗ ਰਗਦਾ। ਉਧਰੋਂ ਕਹਿੰਦੇ ਬਾਈ ਹਰਮੀਤ ਸਕਰਾਲੀ ਦੇ ਨਾਲ ਬਈ ਸਾਡੇ ਲੱਕੀ ਟੈਕਸਲਾ ਫੀਡ ਵਾਲੇ ਨਾਲ ਮਣੀ ਹੈ ਚਾਸਵਾਲ ਨਾਲ ਪੌਵੀ ਹੈ ਤੇ ਨਾਲ ਕਿੱਕੀ ਹੈ ਯੂਕੇ ਵਾਲਾ ਜਿਹੜੇ ਭਰਾ ਨੇ ਪੌਂਡ ਘੱਲਿਆ ਹੈ, ਨਾਲ ਤਨਵੀਰ ਸੰਧੂ ਹੈ। ਇਹਨਾਂ ਵੀਰਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਹੈ। ਗੈਰੀ ਖੜਾ ਹੈ ਭਰਾ ਸਾਡਾ, ਸਾਰੇ ਵੀਰਾਂ ਦਾ ਧੰਨਵਾਦ ਕਰਦੇ ਹਾਂ। ਸੁੱਖ ਕਿਤੇ ਵੱਡੇ ਬਾਬੇ ਦੀ ਸੁੱਖੀ ਲੱਗਦੀ ਹੈ। ਆਹ ਗੱਲਾਂ ਟਿਕਾਣੇ ਹੈ, ਐਨ ਮੁੰਡਾ ਕਹਿੰਦੇ ਗੱਲਾਂ ਟਿਕਾਣੇ ਲਾ ਗਿਆ ਹੈ। 1,52,100 ਹੋ ਗਿਆ ਅੱਜ ਦੇ, ਆਹ ਸਵਾਲ ਵੱਜਿਆ ਹੋਇਆ ਵਿੱਕੀ ਤੇ, ਫਿਰ ਵਿੱਕੀ ਹੈ ਵਿੱਕੀ ਤੇ ਵਿੱਕੀ ਲੈ ਵੀ ਬਾਈ ਜਿੰਨਾ ਜਿੰਨਾ ਨੂੰ ਯਾਰ ਵਿੱਕੀ ਦੀ ਖੇਡ ਵਧੀਆ ਲੱਗੀ ਬਾਈ ਹੈ, ਇੱਕ ਵਾਰੀ ਤਾੜੀ ਮਾਰੋ ਯਾਰ ਜ਼ੋਰਦਾਰ। ਲੈ ਵੀ ਬਾਲ ਫੜ ਲਓ ਜੀ, 5,100 ਆ ਗਿਆ ਵੀਰ ਕਹਿੰਦੇ ਗਰਾਊਂਡ ਦੇ ਨਗਦੋ ਨਗਦੀ, ਨਗਦੋ ਨਗਦੀ ਹੈ। ਲੈ ਵੀ ਜ਼ੋਰਦਾਰ ਤਾੜੀ ਮਾਰ ਦੋ ਵੀਰਾਂ ਨੇ, ਵੀ ਫੋਟੋ ਖਿੱਚ ਲੈ ਕੇ ਨਾ ਗੱਲ ਟਿਕਾਣੇ ਲੱਗੀ। 52 ਦੇ ਤਾਂ ਬਾਈ ਕਲੱਬ ਵਾਲਾ ਨੇ ਫੈਨ ਚਲਦੀ ਹੈ, ਬੰਦ ਕਰ ਲਓ ਫੋਨ ਦੀ। ਸਟੇਜ ਤੋਂ ਮੇਰਾ ਵੀਰ ਜਿਹੜੇ ਭਾਰੀ ਵੀਡੀਓ ਬਣਾ ਰਿਹਾ ਬੇਨਤੀ ਹੈ ਮੇਰੀ, ਲੈ ਵੀ ਤਾੜੀਆਂ ਮਾਰ ਦੋ ਵੀਰਾਂ ਨੇ, ਲੈ ਵੀ ਕਾਲਾ ਟਵਾਰਾ ਜੀ ਉੱਥੇ ਖੁਸ਼ ਹੋ, ਗੱਲ ਲੱਗੀ ਹੈ ਟਿਕਾਣੇ ਸਾਡੇ ਸੁੱਖ ਪ੍ਰਧਾਨ ਜੀ ਹੁੜੀ ਆ। ਐਨ ਮੇਰੇ ਮਿੱਤਰੋ ਸਵਾਲ ਵੱਜ ਗਿਆ, ਲੈ ਵੀ ਯਾਰ ਜੇ ਭਾਸੋ ਦੇ ਮੇਲੇ ਦਾ ਸਵਾਲ ਆਇਆ, ਇੱਕ ਵਾਰੀ ਤਾੜੀਆਂ ਮਾਰ ਦੇ ਜ਼ੋਰ ਦੇਣੇ ਆ। ਆਹੋ ਗੱਲ ਕਹਿੰਦੇ ਟਿਕਾਣੇ ਲੱਗੀ ਆ। ਰਾਵੀ ਜਸ਼ਪਾਲ ਸਿੰਘ ਜੀ ਕੁਲਦੀਪ ਕੰਬਾਈਨ ਵਾਲੇ ਆ ਔਰ ਉਹਨਾਂ ਦਾ ਬੇਟਾ ਹੈ ਕੈਨੇਡਾ ਦੇ ਵਿੱਚ, ਉਹ ਭਰਾ ਦੇ ਵੱਲੋਂ ਇਹਨਾਂ ਬੋਲਾਂ ਦੇ ਲਈ 500 ਦੇ ਵੱਡੇ ਮਾਨ ਆਏ ਆ, ਦਿਲੋਂ ਧੰਨਵਾਦ। ਨੰਬਰਦਾਰ ਅਗਲੀ ਸਕੀਮ ਮੇਰਾ ਵੀਰ ਦੱਸੋ ਜੀ। 10-14 ਜੀ, 10-14 10 ਨੰਦਗੜ੍ਹ, 14 ਨੰਬਰ ਆ ਜੱਸੇ ਦੇ। ਹੈਲੋ, ਦਿਲਸ਼ਾਦ ਆ ਵੀਰੇ, ਬੂਟਾ ਤੇ ਦਿਲਸ਼ਾਦ ਫਾਈਨਲ ਆ ਜੀ, ਫਾਈਨਲ ਬਾਈ ਟੂਰਨਾਮੈਂਟ ਕਰਾਉਣਾ ਆ ਗਿਆ ਬਹੁਤ ਸ਼ੁਕਰੀਆ ਜੀ ਯਾਰ। ਨਾਲ ਹੀ ਦਿਲਜੋਤ ਧੂਰੀ ਵਾਲਾ ਭਰਾ ਸਾਡਾ, ਉਹਦੇ ਵੱਲੋਂ 500 ਦੇ ਵੱਡੇ ਬਾਣ ਜਿਹੜੇ ਨਾ ਬੋਲਾਂ ਦੇ ਲਈ ਵੀ ਪਹੁੰਚਦੇ ਕਰ ਦਿੱਤੇ ਗਏ ਨੇ। ਧੂਰੀ ਵਾਲਾ ਦਿਲਜੋਤ ਐਡਵੋਕੇਟ ਭਰਾ ਸਾਡਾ, ਵੀ ਚੜ ਜਾਵੇ ਗੁੱਡੀ ਬਹੁਤੀ ਹਵਾ ਨੀ ਕਰੀਦੀ ਹੈ ਤੇ ਵਿੱਚ ਹੰਕਾਰ ਆ ਕੇ ਗੱਲ ਨੀ ਕਰੀਦੀ, ਉਹਦੇ ਰੰਗਾਂ ਦਾ ਕੁਝ ਪਤਾ ਲੱਗੇ ਨਾ, ਕਈ ਵਾਰੀ ਡਾਂਡੇ ਦੁੱਖ ਪੈਂਦੇ ਜਰਨੇ ਉਹ ਕਰਦਾ ਏ ਮਾਨ, ਦੱਸ ਕਿਹੜੀ ਗੱਲ ਦਾ, ਇੱਥੇ ਜੱਜਾਂ ਨੂੰ ਵੀ ਪੈਂਦੇ ਆ ਵਕੀਲ ਕਰਨੇ, ਕਰਦਾ ਏ ਮਾਨ ਦੱਸ ਕਿਹੜੀ ਗੱਲ ਦਾ, ਬਈ ਇੱਥੇ ਜੱਜਾਂ ਨੂੰ ਵੀ ਪੈਂਦੇ ਆ ਵਕੀਲ ਕਰਨੇ, ਉਹ ਕਰਦਾ ਏ ਮਾਨ ਦੱਸ ਕਿਹੜੀ ਗੱਲ ਦਾ, ਇੱਥੇ ਜੱਜਾਂ ਨੂੰ ਵੀ ਪੈਂਦੇ ਆ। ਵਾਹ ਜੀ ਵਾਹ, ਲੈ ਵੀ ਬੂਟੇ ਤੇਰੇ ਲਈ ਵੀ 500 ਆ ਗਿਆ। ਧੂਰੀ ਵਾਲਾ ਦਿਲਜੋਤ ਐਡਵੋਕੇਟ ਹੈ, ਅੱਜ ਤੇ ਮੇਲਾ ਬਣ ਗਿਆ, ਲੋਕੋ ਗੱਲ ਟਿਕਾਣੇ ਲੱਗ ਗਈ, ਬਹੁਤ ਵੱਡਾ ਮੈਂ ਧੰਨਵਾਦ ਕਰਦਾ ਜੀ ਸਾਡੇ ਦਾ। ਆਹ ਗੱਲ ਲੱਗ ਗਈ ਟਿਕਾਣੇ, ਲੈ ਵੀ ਮੰਨੂ ਭਰਾ ਕਹਿੰਦੇ ਵੀ ਜੇ ਅਗਲੇ ਸਾਲ ਮੇਲਾ ਕਰਾਉਣਾ ਤੇ ਤੇਰਾ ਆਉਣਾ ਵੀ ਜ਼ਰੂਰੀ ਹੈ, ਤੇਰੇ ਮਨੂ ਵਿਦੇਸ਼ ਚਲਿਆ ਗਿਆ ਤੇ ਮਨੂ ਕਹਿੰਦਾ ਵੀ ਇਹ ਭਰਾਵਾਂ ਦੇ ਨਾਲ ਵਾਅਦਾ ਹੈ ਤੇ ਪ੍ਰਧਾਨ ਜੀ ਵੀ ਭਾਲੇ ਵੀ ਕਾਲੇ ਬਈ ਮੇਲਾ ਕਰਾਉਣ ਲਈ ਆਵਾਂਗੇ ਜ਼ਰੂਰ, ਤੇ ਗੱਲ ਕਹਿੰਦੇ ਟਿਕਾਣੇ ਲੱਗੂਗੀ। ਆਹ ਸਾਹਮਣੇ ਮੇਰੇ ਮਿੱਤਰ
ਬਿੱਲੂ ਬਾਬਾ ਸਾਡਾ ਵੀ ਇਹਦਾ ਵੀ ਬਹੁਤ ਬਹੁਤ ਧੰਨਵਾਦ ਭਰਾਵਾਂ ਦਾ ਬਹੁਤ ਸ਼ੁਕਰੀਆ ਜੀ ਗੋੜੀਆਂ ਰਿਸ਼ਤੇਦਾਰੀਆਂ ਨੇ ਸਾਡੇ ਬਾਈ ਕੁਲਵਿੰਦਰ ਸਿੰਘ ਜੀ ਮਟੋਡਾ ਉਹਨਾਂ ਦੀਆਂ ਡਾਕਟਰ ਹਰਜੀਤ ਸਿੰਘ ਜੀ ਰਾਇਸਰ ਹੋਣਾ ਦੇ ਨਾਲ ਉਹ ਕਹਿੰਦੇ ਰਿਸ਼ਤਾ ਜੀ ਦੀ ਬੜੀ ਠਾਠ ਬਾਠ ਬੜੀ ਚੜ੍ਹਾਈ ਬੜੀ ਚੜ੍ਹਤ ਹੁੰਦੀ ਹੈ ਤੇ ਭਰਾ ਸਾਡਾ ਕਹਿੰਦਾ ਵੀ ਜਿਹੜੀ ਮਰਜ਼ੀ ਟੀਮ ਜਿੱਤ ਜੇ ਰੁਪਈਆ 2100 ਦੇਵਾਂਗੇ ਆਪਾਂ ਲੈ ਵੀ ਕਾਲਿਆ ਹੁਣ ਤੇ ਬਹਿ ਗਿਆ ਸੋਹਣਿਆ ਵੀਰਾ ਸਟੇਜ ਵਾਲੇ ਮੁੰਡੇ ਹੱਥ ਮਾਰਦੇ ਆ ਵੀ ਕਾਲੇ ਦਾ ਤੇ ਜੁੱਸਾ ਵੀ ਡੂਢ ਦੀ ਕੰਧ ਵਰਗਾ ਇਹਨੂੰ ਸਾਈਡ ਤੇ ਕਰ ਦੋ ਹੋ 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 ਉਹ ਨਾਗਰੇ ਵਾਲਾ ਤੇਰੇ ਲਈ 500 ਬੂਟੇ ਪਾਈ ਲਈ ਗੱਲ ਟਿਕਾਣੇ ਹੈ ਨੰਦਗੜ੍ਹ ਦੇ ਜਿਹੜੀ ਟੀਮ ਸਟੇਜ ਵਾਲੇ ਪਾਸੇ ਆ ਔਰ 14 ਨੰਬਰ ਮੇਰੇ ਰਾਏਸਰ ਦੀ ਟੀਮ ਦੇ ਪਰ ਵਿੱਕੀ ਹਰ ਦਿਨ ਬੁੱਧਵਾਰ ਦੀ ਹੁੰਦਾ ਸੋਹਣਿਆਂ ਦੀ ਨਾ ਕਦੇ ਦਾਦੇ ਦੀਆਂ ਤੇ ਕਦੇ ਪੋਤੇ ਦੀਆਂ ਇਹ ਸਿਆਣਿਆਂ ਨੇ ਤੱਤ ਜਿਹੜੇ ਕੱਢੇ ਹੋਇਆ ਔਰ ਇੱਧਰ ਪਿੰਡ ਦੇ ਵਿੱਚੋਂ ਜਿੰਨੇ ਵੀ ਪਤਵੰਤੇ ਸੱਜਣ ਬੈਠੇ ਆ ਸਟੇਜ ਤੇ ਇਕੱਲੇ ਇਕੱਲੇ ਵੀਰ ਦਾ ਮੈਂ ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਾਂਗਾ ਲੈ ਵੀ ਕਮਾਨਦਾਰ ਬੋਲ ਸਕੀ ਐਸ ਸੀ ਪੀ ਪਿੱਲੂ ਬਾਬਾ ਸਾਡਾ ਵੀਰ ਉਹਦਾ ਵੀ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਵੀਰ ਸਾਡੇ ਦਾ ਮੈਂ ਵੀ ਦੱਸਿਆ ਆਓ ਕੱਲ ਪਾਡੀ ਨੀ ਰੈਸਰੀ ਤਗੜਾ ਹੋਣਾ ਪੈਣਾ ਕਿਉਂਕਿ ਤੇਰੇ ਰੰਗ ਰੰਗ ਦੇ ਭੇਤੀ ਮੁੰਡੇ ਥੋੜਾ ਫਿੱਟ ਹੋਣਾ ਪੈਣਾ ਚੋਪੜਾ ਜੇ ਨੰਬਰ ਜੋੜਿਆ ਨੀ ਕਹਿ ਭਾਦਰਗੜੀ ਵੀ ਤੋੜ ਖਾ ਵੀ ਪੱਟੀ ਪੁੱਟੀ ਗੱਲ ਪਰਾਰੇ ਤੇ ਗੱਲ ਲਾਰੇ ਟਿਕਾਣੇ ਆਓ ਸਾਹਮਣੇ ਮੁੰਡੇ ਪੂਰੇ ਬੱਲੇ 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 ਆਓ ਬੱਲੇ ਬੱਲੇ ਆਓ ਸਵਾਦ ਦਾ ਮਾਰ ਦੋ ਮੁੰਡਿਆਂ ਲਈ ਆਓ ਸਵਾਦ ਵੱਜਿਆ ਪਿਆ ਨੰਬਰ ਇੱਕ ਹੋਰ ਜਿਹੜਾ ਰਾਏਸਰ ਦੀ ਟੀਮ ਦੇ ਖਾਤੇ ਵਿੱਚ ਮੇਰੇ ਮਿੱਤਰ ਜਿਹੜਾ ਜੁੜ ਗਿਆ ਵੀ ਮੋਗੇ ਵਾਲੇ ਫੌਜ ਵਿੱਚ ਬਾਲੇ ਭਰਤੀ ਹੈ ਤੇ ਅੰਮ੍ਰਿਤਸਰ ਗੁਰੂਆਂ ਦੀ ਧਰਤੀ ਹੈ ਲੋਹੇ ਨਾਲ ਮੱਥਾ ਮਾਰਦੇ ਮਲੋਟਦੇ ਤੇ ਮਾਨਸਾ ਦੇ ਜੱਟ ਸੁਲਝਾਉਣ ਮਸਲਾ ਬਈ ਲੁਧਿਆਣਿਆਂ ਤੋਂ ਚੰਡੀਗੜ੍ਹ ਆਸ਼ਕੀ ਹੈ ਤੇ ਮੁੱਕਣਾ ਨੀ ਕਦੇ ਵੀ ਬਠਿੰਡੇ ਅਸਲਾ ਔਰ ਲੁਧਿਆਣਿਆਂ ਤੋਂ ਚੰਡੀਗੜ੍ਹ ਆਸ਼ਕੀ ਹੈ ਤੇ ਮੁੱਕਣਾ ਨੀ ਕਦੇ ਵੀ ਬਠਿੰਡੇ ਅਸਲਾ ਲੈ ਵੀ ਪੁਆਇੰਟ ਵੱਧ ਗਿਆ ਜਾਂ ਕੋਈ ਕਹਿੰਦੀ ਹੈ 19 ਦਾ 16 ਨੰਬਰਾਂ ਦੀ ਗੇਮ ਆ ਜੀ 16-11 ਤੇ ਨਾਲ ਬਈ ਅਵੀਜੀਤ ਤੇ ਨਾਲ ਅਸੀਂ ਬਾਈ ਸਾਡਾ ਤੇ ਨਾਲ ਆਤਮਵੀਰ ਹੈ ਨਾਲ ਰਵੀ ਹੈ ਸਾਡਾ ਬਹੁਤ ਵੱਡਾ ਧੰਨਵਾਦ ਹੈ ਜਿਹਨੇ ਵੀ ਭਰਾ ਸਾਡੇ ਆਏ ਹੈ ਮੈਨੂੰ ਅੱਜ ਮੇਲਾ ਬਣ ਗਿਆ ਅੱਜ ਇੱਕ ਇੱਕ ਲੱਖ ਲੱਗ ਗਿਆ ਬਾਈ ਜੀ ਕੱਚੀ ਦਾ ਰਿਕਾਰਡ ਬਣਿਆ ਭਾਸੋ ਦੇ ਵਿੱਚ ਅੱਜ ਵਾਲੀਵਾਲ ਕੱਚੀ ਦਾ ਇਤਿਹਾਸ ਬਣਿਆ ਵੀ ਇੱਕ ਨੰਬਰ ਮੁੰਡੇ ਨੇ ਇੱਕ ਲੱਖ ਦਾ ਇਹ ਗੱਲ ਪੱਕੀ ਹੈ ਵੀ ਦਰਸ਼ਾ ਜਿੰਨਾ ਟਾਈਮ ਵਾਲੀਵਾਲ ਹੈ ਤੇ ਉਨਾ ਟਾਈਮ ਹੀ ਇਤਿਹਾਸ ਵਿੱਕੀ ਦਾ ਨਾਂ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਗਿਆ ਹੈ ਇਹ ਵੀ ਗੱਲ ਪੱਕੀ ਹੈ ਤਲਵੰਡੀ ਵਾਲਿਆ ਜਿੰਨਾ ਟਾਈਮ ਵਾਲੀਵਾਲ ਰਹੂ ਉਨਾ ਟਾਈਮ ਦੇ ਵਿੱਚ ਹੁੰਦਾ ਰਹਿਣਾ ਹੈ ਬਹੁਤ ਬਹੁਤ ਧੰਨਵਾਦ ਆਸੇ ਪਾਸੇ ਜਿੰਨੀ ਵੀ ਸੰਗਤ ਬੈਠੀ ਹੈ ਕੱਲੀ ਕੱਲੀ ਰੂਹ ਦਾ ਮੈਂ ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਾਂਗਾ ਬਹਾਦਰਗੜੀਆ ਰਵੀ ਨੰਬਰ ਜੋੜ ਗਿਆ ਨੰਬਰ ਲਾਸਟ ਮੈਨੂੰ ਲੱਗਦਾ ਉਹ ਲੰਬੀ ਸੀਟੀ ਮਾਰ ਮਿੱਤਰਾ ਮੋੜ ਗੁਲਾਬੋ ਘਰ ਦਾ ਨੰਬਰ ਲਾਸਟ ਰਾਏਸਰ ਵਾਲਾ ਮੁੰਡਾ ਜੋੜਨ ਦੇ ਲਈ ਤਿਆਰ ਬ ਤਿਆਰ ਹੈ ਪਰਚੇ ਇੱਕ ਵਾਰੀ ਨਾ ਜ਼ਰੂਰ ਜਿਹੜੇ ਬੋਲਦੀ ਮੇਰਾ ਵੀਰ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਭਰਾ ਨੇ ਬਾਈ ਕਾਲਾ ਤਿਵਾਣਾ ਬਾਈ ਨੋਨਾ ਬਾਈ ਦੀਪਾ ਬਾਈ ਰਾਣੇ ਹੋਣੀ ਬਾਈ ਲਾਡੀ ਵਰਗੇ ਬਲਦੇਵ ਸਰਪੰਚ ਹੋਣੀ ਬੈਠੇ ਆ ਪ੍ਰਧਾਨ ਵਰਗੇ ਬਾਈ ਧਿਆਨ ਹੋਣੀ ਬੋਲੂ ਵਰਗੇ ਕੁਲਵਿੰਦਰ ਬਾਬੀ ਡਾਕਟਰ ਬੱਲੀ ਹੈ ਲੈ ਵੀ ਮੈਚ ਸਮਾਪਤ ਆ ਬੋਲੋ ਸੋਨਿਹਾਲ ਸਤਿ ਸ੍ਰੀ ਅਕਾਲ।